ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਬੜੀ ਨਿੱਘੀ ਸਤਿ ਸ਼੍ਰੀ ਅਕਾਲ ਕਿਉਂਕਿ ਬਹੁਤ ਬਾਹਰ ਠੰਡ ਹੈ ਬਰਫ਼ ਪੈ ਰਹੀ ਹੈ ਐਂਡ ਹੋਪਫੁਲੀ ਤੁਸੀਂ ਸਾਰੇ ਇਨਡੋਰਸ ਹੋ ਸੇਫ ਹੋ ਐਂਡ ਯੂ ਨੋ ਇੰਜੋਏ ਕਰ ਰਹੇ ਹੋ ਇਸ ਵੈਦਰ ਨੂੰ ਆਏ ਇੰਜੋਏ ਮੈਂ ਤਾਂ ਵੀ ਕਹਿੰਦੀ ਹਾਂ ਕਿਉਂਕਿ ਕਈ ਕਹਿੰਦੇ ਹਾਏ ਮੌਸਮ ਬੜਾ ਖਰਾਬ ਹੈ ਕੁਛ ਹੈ ਸਾਡਾ ਵਸ ਮੌਸਮ ਦੇ ਉੱਤੇ ਨਹੀਂ ਸੋ ਬੈਟਰ ਹੈ ਇੰਜੋਏ ਕਰੋ ਉਹਨੂੰ ਗਰਮੀ ਹੈ ਠੰਡ ਹੈ ਸੋ ਯੂ ਨੋ ਇਹ ਨਹੀਂ ਕਿ ਮੈਂ ਨਹੀਂ ਕੰਪਲੇਨ ਕਰਦੀ ਮੈਂ ਵੀ ਕਰਦੀ ਹਾਂ ਪਰ ਇੱਕ ਦੂਜੇ ਨੂੰ ਰਿਮਾਇੰਡ ਕਰਨ ਵਾਸਤੇ ਕਿ ਹਾਂ ਜਿਸ ਚੀਜ਼ 'ਤੇ ਕੰਟਰੋਲ ਨਹੀਂ ਹੈ ਉਹਨੂੰ ਤਾਂ ਇੰਜੋਏ ਕਰਨਾ ਪਏਗਾ ਔਰ ਇੱਕ ਹੋਰ ਗੱਲ ਬੜੀ ਸੋਹਣੀ ਕਿਸੇ ਨੇ ਕਹੀ ਸੀ ਕਿ ਕਈ ਜਿਹੜੇ ਯੂ ਨੋ ਬਹੁਤ ਗੱਲ ਕਰਦੇ ਨੇ ਹਾਏ ਬੜੀ ਠੰਡ ਹੈ ਬਹੁਤ ਮੌਸਮ ਖਰਾਬ ਹੈ ਸਿਰਫ ਡਿਫਰੈਂਸ ਇਹ ਹੈ ਕਿ ਡਰੈਸ ਅਪ ਐਪਰੋਪਰੀਏਟਲੀ ਜਿਸ ਹਿਸਾਬ ਦੀ ਠੰਡ ਹੈ ਉਸ ਹਿਸਾਬ ਦਾ ਕੱਪੜਾ ਪਾ ਲਓ ਜੇ ਬਾਹਰ ਜਾਣਾ ਤਾਂ ਅੰਦਰ ਹੈਗੇ ਹੋ ਤਾਂ ਅਕੋਰਡਿੰਗਲੀ ਕਰ ਲਓ ਬਟ ਯਾ ਬੈਸਟ ਮੌਸਮ ਹੈ ਕਿ ਅਸੀਂ ਬੈਠ ਕੇ ਇਕੱਠੇ ਗੱਲਾਂ ਮਾਰੀਏ ਅੱਜ ਦਾ ਜਿਹੜਾ ਸਵਾਲ ਹੈਗਾ ਇੱਕ ਫੈਮਿਲੀ ਤੋਂ ਆਇਆ ਹੈ ਔਰ ਮੈਨੂੰ ਧਿਆਨ ਹੈ ਕਿ ਕੁਛ ਸਿਮਿਲਰ ਅਸੀਂ ਕਾਫੀ ਸੇਰ ਪਹਿਲੇ ਵੀ ਕਿਸੇ ਦੀ ਗੱਲ ਹੈ ਕੀਤੀ ਸੀ ਸੋ ਇੱਕ ਫੈਮਿਲੀ ਦੇ ਵਿੱਚ ਹਸਬੈਂਡ ਵਾਈਫ ਦੀ ਆਪਸ ਦੇ ਵਿੱਚ ਹੀ ਇੱਕ ਡਿਫਰੈਂਸ ਆਫ ਓਪੀਨੀਅਨ ਹੈ ਉਹ ਕਹਿੰਦੇ ਨੇ ਸਾਡੀ ਬੜੀ ਦੇਰ ਦੀ ਚੱਲ ਰਹੀ ਹੈ ਲੇਡੀ ਨੇ ਕੰਟੈਕਟ ਕੀਤਾ ਕਹਿੰਦੀ 2 ਸਾਲ ਹੋ ਗਏ ਇਸ ਚੀਜ਼ ਨੂੰ 2-3 ਵਾਰੀ ਡਿਫਰੈਂਟ ਓਪਰਚੁਨਿਟੀਜ਼ ਆਈਆਂ ਐਂਡ ਦੁਬਾਰਾ ਗੱਲ ਛਿੜ ਜਾਂਦੀ ਹੈ ਇਸ ਬਾਰੇ ਅਤੇ ਮੈਂ ਬਿਲਕੁਲ ਇਸ ਹੱਕ ਵਿੱਚ ਨਹੀਂ ਹਾਂ ਅਤੇ ਇਸ ਵਾਰੀ ਸਗੋਂ ਪਹਿਲੇ ਮੈਂ ਖਿੱਚਦੀ ਸੀ ਕਿ ਇਹ ਇਸ ਤਰ੍ਹਾਂ ਸੋਚਦੇ ਕਿਵੇਂ ਹੈ ਇਹ ਇੰਝ ਸੋਚ ਹੀ ਕਿਵੇਂ ਸਕਦੇ ਹੈ ਪਰ ਕਹਿੰਦੀ ਕਿ ਮੈਂ ਲਗਾਤਾਰ ਗੱਲਬਾਤ ਦੇ ਸ਼ੋਅ ਦੇਖਦੀ ਹਾਂ ਅਤੇ ਮੈਨੂੰ ਇੰਝ ਲੱਗਦਾ ਹੁਣ ਕਿ ਮੈਂ ਆਪਣੇ ਆਪ ਨੂੰ ਸਮਝਾ ਲੈਂਦੀ ਹਾਂ ਕਿ ਹਾਂ ਹਰ ਇੱਕ ਦੀ ਸੋਚ ਬਹੁਤ ਡਿਫਰੈਂਟ ਹੋ ਸਕਦੀ ਹੈ ਸੋ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਹੈਰਾਨੀ ਦੀ ਗੱਲ ਹੋਏ ਜਾਂ ਬੰਦਾ ਗੁੱਸਾ ਕਰੇ ਇਸ ਚੀਜ਼ 'ਤੇ ਕਿ ਤੁਸੀਂ ਇਸ ਤਰ੍ਹਾਂ ਸੋਚਿਆ ਕਿਵੇਂ ਜਿਹੜਾ ਕਿ ਮੈਂ ਪਹਿਲੇ ਬਹੁਤ ਆਪਣੇ ਆਪ ਨੂੰ ਤੰਗ ਹੁੰਦੀ ਸੀ ਇਸੀ ਗੱਲ 'ਤੇ ਸੋ ਯੂ ਨੋ ਕ੍ਰੈਡਿਟ ਤੁਹਾਡੇ ਸਾਰਿਆਂ ਨੂੰ ਦੇ ਰਹੇ ਸੀ ਉਹ ਕਿ ਗੱਲਬਾਤ ਦੇ ਗਰੁੱਪ 'ਤੇ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਕਿਸੇ ਦੀ ਵੀ ਡਿਫਰੈਂਸ ਆਫ ਓਪੀਨੀਅਨ ਹੋ ਸਕਦੀ ਹੈ ਪਰ ਉਹਦੇ ਕਰਕੇ ਉਸ ਬੰਦੇ ਦੇ ਨਾਲ ਅਸੀਂ ਗੁੱਸਾ ਕਰੀਏ ਨਫ਼ਰਤ ਕਰੀਏ ਜਾਂ ਫਿਰ ਯੂ ਨੋ ਉਹਨੂੰ ਕੁਛ ਹੋਰ ਸਮਝੀਏ ਕਿ ਯੂ ਨੋ ਉਹਨੂੰ ਤਾਂ ਸਮਝ ਹੀ ਨਹੀਂ ਹੈ ਉਸ ਤੋਂ ਬੈਟਰ ਹੈ ਕਿ ਹਾਂ ਇਹ ਹੋਰ ਤਰ੍ਹਾਂ ਸੋਚ ਰਿਹਾ ਮੈਂ ਹੋਰ ਤਰ੍ਹਾਂ ਸੋਚ ਰਹੀ ਹਾਂ ਇਹ ਵੀ ਐਕਸੈਪਟੈਂਸ ਦੇ ਵਿੱਚ ਇੱਕ ਜਿਹੜਾ ਪਹਿਲਾ ਸਟੈਪ ਹੈਗਾ ਸੋ ਗੁੱਡ ਉਹਨਾਂ ਨੇ ਪਹਿਲਾ ਸਟੈਪ ਤਾਂ ਲੈ ਲਿਆ ਉਹ ਕਹਿ ਰਹੇ ਕਿ ਮੈਂ ਸਮਝਦੀ ਹਾਂ ਕਿ ਉਹ ਡਿਫਰੈਂਟ ਸੋਚ ਰਹੇ ਹੈ ਪਰ ਪਲੀਜ਼ ਗੱਲਬਾਤ ਦੇ ਵਿਊਜ਼ ਨੂੰ ਕਹੋ ਕਿ ਉਹ ਗੱਲ ਕਰਨ ਇਸ ਬਾਰੇ ਔਰ ਮੈਨੂੰ ਦੱਸਣ ਕਿ ਕੀ ਮੈਂ ਗਲਤ ਹਾਂ ਕਿ ਉਹ ਗਲਤ ਨੇ ਅਗੇਨ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਕੋਲ ਦਿੱਲੀ ਹੈ ਦਿੱਲੀ ਦਾ ਮਤਲਬ ਕੋਈ ਛੋਟੀ ਗਰੋਸਰੀ ਸਟੋਰ ਜਿਹੜੀ ਕਿ ਜਿਹਦੇ 'ਚ ਅਸੀਂ ਛੋਟਾ ਮੋਟਾ ਸਮਾਨ ਰੱਖਦੇ ਹਾਂ ਲੰਘਦੇ ਜਾਂਦੇ ਜੋ ਨੈਸੈਸਰੀ ਚੀਜ਼ਾਂ ਹੁੰਦੀਆਂ ਉਹ ਯੂ ਨੋ ਵਿਕਦੀਆਂ ਉਹਦੇ 'ਚ ਅਤੇ ਕਿੰਨੇ ਸਾਲ ਤੋਂ ਹੈਗੇ ਇਹਨਾਂ ਕੋਲ 7 ਸਾਲ ਤੋਂ ਹੈਗਾ ਬਹੁਤ ਅੱਛਾ ਚੱਲ ਰਿਹਾ ਹੈ ਬਹੁਤ ਅੱਛੇ ਸਪੋਟ 'ਤੇ ਹੈਗਾ ਜਿਹੜੀ ਉਹਦੀ ਜਗ੍ਹਾ ਹੈ ਉਹ ਬਹੁਤ ਵਧੀਆ ਹੈ ਸੋ ਯੂ ਨੋ ਲਾਂਘਾ ਬਹੁਤ ਹੈ ਦੁਨੀਆ ਦਾ ਤੋ ਇਸ ਪਿੱਛੇ ਉਹਨਾਂ ਦੀ ਬੜੀ ਅੱਛੀ ਸੇਲ ਹੋ ਰਹੀ ਹੈ ਦੇ ਡੂਇੰਗ ਅ ਲੋਟ ਗੁੱਡ ਕਹਿੰਦੇ ਬਹੁਤ ਅਸੀਂ ਉਸ ਦਿੱਲੀ 'ਚੋਂ ਕੰਮ ਕਮਾਇਆ ਔਰ ਬੜੇ ਬੰਦਿਆਂ ਨੂੰ ਸਪੋਰਟ ਕੀਤਾ ਉਸ ਨਾਲ ਪਰ 2 ਸਾਲ ਪਹਿਲੇ ਵੀ ਮੇਰੇ ਹਸਬੈਂਡ ਨੇ ਇਹ ਚੀਜ਼ ਕਹੀ ਸੀਗੀ ਔਰ ਅਸੀਂ ਨਹੀਂ ਕੀਤੀ ਦੁਬਾਰਾ ਕਹੀ ਪਰ ਹੁਣ ਫਿਰ ਸ਼ੁਰੂ ਹੋਏ ਹੋਏ ਹੈ ਗੱਲ ਇਹ ਹੈ ਕਿ ਉਹ ਲਿਕਰ ਉਹਨੂੰ ਲਾਇਸੈਂਸ ਲੈਣਾ ਚਾਹੁੰਦੇ ਹੈ ਕਿ ਅਸੀਂ ਲਿਕਰ ਲਾਇਸੈਂਸ ਲੈ ਲਈਏ ਅਤੇ ਫਿਰ ਮੈਂ ਪੂਰੀ ਇੱਕ ਜਿਹੜੀ ਸਾਈਡ ਹੈ ਉਹ ਉਹਨੂੰ ਲਿਕਰ ਧੀਰੇ ਧੀਰੇ ਥੋੜ੍ਹੀਆਂ ਰੱਖ ਕੇ ਅਤੇ ਮੈਂ ਮਤਲਬ ਐਕਸਪੈਂਡ ਕਰਕੇ ਉਹਨੂੰ ਲਿਕਰ ਵੀ ਅਵੇਲੇਬਲ ਕਰਾਂ ਬੀਅਰ ਵਗੈਰਾ ਅਤੇ ਹੋਰ ਦੂਜੀਆਂ ਡਰਿੰਕਸ ਵੀ ਸੋ ਸ਼ੀ ਸੇਜ਼ ਕਿ ਅਸੀਂ ਪੀਂਦੇ ਨਹੀਂ ਸਾਡੇ ਘਰ 'ਚ ਬਿਲਕੁਲ ਵੀ ਨਹੀਂ ਚੱਲਦੀ ਮੇਰੇ ਹਸਬੈਂਡ ਵੀ ਨਹੀਂ ਪੀਂਦੇ ਅਤੇ ਫਿਰ ਮੈਂ ਸੋਚਦੀ ਹਾਂ ਕਿ ਅਸੀਂ ਜਦ ਪੀਂਦੇ ਨਹੀਂ ਤਾਂ ਸਾਡੇ ਆਪਣੇ ਜਵਾਨ ਬੱਚੇ ਹੈ ਜਵਾਨ ਉਹਨਾਂ ਦਾ 19 ਸਾਲ ਦਾ ਮੁੰਡਾ ਹੈ 18 ਸਾਲ ਦੀ ਕੁੜੀ ਹੈ ਅਤੇ ਇੱਕ ਛੋਟੀ 13 ਸਾਲ ਦੀ ਕੁੜੀ ਹੈ ਸੋ ਕਹਿੰਦੇ ਕਿ ਆਪਣੇ ਬੱਚੇ ਵੀ ਹੈ ਔਰ ਅਸੀਂ ਜਦ ਪੀਂਦੇ ਨਹੀਂ ਅਸੀਂ ਉਹਨੂੰ ਪ੍ਰਮੋਟ ਕਿਵੇਂ ਕਰੀਏ ਕਿਉਂ ਕਰੀਏ ਅਸੀਂ ਲਿਕਰ ਕਿਉਂ ਵੇਚੀਏ ਜਦ ਅਸੀਂ ਆਪ ਨਹੀਂ ਪੀਂਦੇ ਸੋ ਕੀ ਕਹਿੰਦੇ ਹੋ ਇਹਨਾਂ ਨੂੰ ਕਿ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਹਸਬੈਂਡ ਕਹਿੰਦੇ ਹੈ ਕਿ ਮੈਂ ਪੀਆਂਗਾ ਫਿਰ ਵੀ ਨਹੀਂ ਪਰ ਗੁਰੂ ਸਾਹਿਬ ਦਾ ਨੂੰ ਕਿਰਤ ਪਿੱਛੇ ਪ੍ਰਵਾਨ ਹੈ ਕਿ ਮਤਲਬ ਜੋ ਵੀ ਤੁਹਾਡਾ ਕਿਰਤ ਹੈ ਜਿਹਦੇ ਪਿੱਛੇ ਤੁਸੀਂ ਰੋਜ਼ ਹੀ ਕਮਾ ਰਹੇ ਹੋ ਉਹ ਤੁਹਾਡਾ ਕੁਛ ਵੀ ਹੋ ਸਕਦਾ ਹੈ ਉਹਦੇ ਵਾਸਤੇ ਮਨਾਹੀ ਨਹੀਂ ਹੈ ਸੋ ਨੋਟ ਕਿ ਮੈਂ ਪੀਆਂਗਾ ਪਰ ਐਟਲੀਸਟ ਮੈਂ ਵੇਚਣ ਦਾ ਮੈਨੂੰ ਹੋਣਾ ਚਾਹੀਦਾ ਕਿ ਦੈਟ ਸ਼ੁੱਡ ਬੀ ਫਾਈਨ
ਸੋ ਇਹਨਾਂ ਦੇ ਹਿਸਾਬ ਨਾਲ ਉਹ ਠੀਕ ਨਹੀਂ ਹੈ, ਬਟ ਕਿਉਂ ਠੀਕ ਨਹੀਂ ਹੈ ਉਹਨਾਂ ਕੋਲ ਜ਼ਿਆਦਾ ਜਵਾਬ ਨਹੀਂ ਹੈ। ਬਟ ਉਹਨਾਂ ਨੂੰ ਇੱਕ ਡਰ ਵੀ ਹੈ ਕਿ ਬੱਚੇ ਵੱਡੇ ਹੋ ਰਹੇ ਨੇ, ਕੋਈ ਆਪਣਾ ਲਿਕਰ ਸਟੋਰ ਹੋਏਗਾ ਤਾਂ ਯੂ ਨੋ ਅੱਖ ਬਚਾ ਕੇ ਆਪ ਸ਼ੁਰੂ ਕਰ ਦੇਣ ਪੀਣਾ ਜਾਂ ਕੁਛ ਇਸ ਤਰ੍ਹਾਂ। ਸੋ ਹੋਰ ਬੜੇ ਸਾਰੇ ਜਿਹੜੇ ਐਪਰੀਹੈਂਸ਼ਨਸ ਹੈ, ਕੰਸਰਨਸ ਹੈ ਉਹਨਾਂ ਦੇ ਹੈਗੇ ਆ, ਜਿਹਦੇ ਪਿੱਛੇ ਉਹ ਕਹਿੰਦੇ ਕਿ ਮੈਂ ਅੜੀ ਹੋਈ ਹਾਂ ਕਿ ਨਹੀਂ ਇਹ ਨਹੀਂ ਅਸੀਂ ਕਰਨਾ। ਸਾਰਾ ਕੁਛ ਬੜਾ ਵਧੀਆ ਚੱਲ ਰਿਹਾ, ਤੁਸੀਂ ਭਾਵੇਂ ਅਗਰ ਜ਼ਿਆਦਾ ਬਹੁਤ ਅੱਛਾ ਲੱਗ ਰਿਹਾ ਇੱਕ ਹੋਰ ਜਗ੍ਹਾ ਲੱਭ ਲਓ, ਇੱਕ ਹੋਰ ਡੈਲੀ ਖੋਲ੍ਹ ਲੈਂਦੇ ਹਾਂ। ਪਰ ਇਹਦੇ ਉੱਤੇ ਕਹਿੰਦੇ ਜਗ੍ਹਾ ਸਾਡੇ ਕੋਲ ਇਸੀ ਡੈਲੀ ਦੇ ਵਿੱਚ ਬਹੁਤ ਸਾਰੀ ਹੈ, ਬੜੀ ਵੱਡੀ ਉਹ ਹੈਗੀ ਹੈ ਜਗ੍ਹਾ। ਸੋ ਜੋ ਕਹਿੰਦੇ ਨੇ ਕਿ ਇੱਕ ਸਾਈਡ ਪੂਰੀ ਉਹ ਲਿਕਰ ਦਾ ਬਣਾ ਦੇਣ, ਉਹ ਬਣਾ ਸਕਦੇ ਨੇ, ਕੋਈ ਪ੍ਰੋਬਲਮ ਨਹੀਂ ਹੈ, ਬਟ ਮੈਨੂੰ ਉਹ ਠੀਕ ਨਹੀਂ ਲੱਗਦਾ ਕਿਉਂਕਿ ਸਾਡਾ ਚੱਲ ਵੀ ਬੜਾ ਵੱਧ ਰਿਹਾ, ਕੋਈ ਸਟਰਗਲ ਨਹੀਂ ਹੈਗੀ ਕਿ ਬਈ ਸਾਡਾ ਸਮਾਨ ਨਹੀਂ ਵਿਕ ਰਿਹਾ ਅਤੇ ਅਸੀਂ ਯੂ ਨੋ ਬੰਦੇ ਹੋਰ ਆਉਣ, ਇਸ ਪਿੱਛੇ ਕੁਛ ਹੋਰ ਲਿਕਰ ਉਹਨੂੰ ਐਡ ਕਰ ਦਈਏ। ਸੋ ਉਹ ਮੇਰਾ ਦਿਲ ਨਹੀਂ ਮੰਨਦਾ। ਕੀ ਕਹਿੰਦੇ ਹੋ, ਵਾਕਈ ਹੀ ਕਈ ਬੰਦੇ ਇਹ ਸੋਚਣਗੇ ਕਿ ਹਾਂ ਯੂ ਨੋ ਉਹਨਾਂ ਦਾ ਧਿਆਨ ਇਹ ਹੋ ਸਕਦਾ ਹੈ। ਔਰ ਸੁਣੀ ਹੈ ਗੱਲ, ਕਈ ਕਹਿੰਦੇ ਹੈ ਵੀ ਹਾਂ ਕਿਰਤ ਹੈ ਉਹ ਇੱਕ ਯੂ ਨੋ ਅਲਾਊਡ ਹੈ ਕਿਉਂਕਿ ਤੁਸੀਂ ਜਿਸ ਤਰ੍ਹਾਂ ਵੀ ਆਪਣਾ ਰੋਜ਼ੀ ਰੋਟੀ ਕਮਾਉਣੀ ਹੈ ਉਹ ਲਿਖੀ ਹੋਈ ਹੈ, ਅਤੇ ਤੁਸੀਂ ਅਗਰ ਉਹ ਕਮਾ ਰਹੇ ਹੋ ਆਪਣਾ ਸਿੰਸੀਅਰਲੀ, ਉਹ ਜੋਬ ਕਰ ਰਹੇ ਹੋ ਪੂਰੀ ਸੱਚਾਈ ਨਾਲ, ਤਾਂ ਉਹਦੇ 'ਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ। ਪਰ ਜਿਹੜੇ ਲੇਡੀ ਹੈਗੀ ਆ ਉਹਨਾਂ ਦੇ ਕੰਸਰਨਸ ਹੋਰ ਨੇ। ਸੋ ਕੀ ਤੁਹਾਨੂੰ ਲੱਗਦਾ ਹੈ, ਆਪ ਨਹੀਂ ਵੀ ਪੀ ਰਹੇ, ਇਹ ਲਿਕਰ ਵੇਚਣ 'ਚ ਕੋਈ ਹਰਜ਼ ਹੈ ਨਹੀਂ ਹਰਜ਼ ਹੈ? ਓਪਨ ਡਿਸਕਸ਼ਨ ਹੈ ਜ਼ਰੂਰ, ਜੋ ਤੁਹਾਨੂੰ ਲੱਗਦਾ ਹੈ, ਜੋ ਤੁਸੀਂ ਆਪਣੇ ਆਪ ਨੂੰ ਵੀ ਉਹਨਾਂ ਦੀ ਸਿਚੁਏਸ਼ਨ 'ਚ ਰੱਖ ਕੇ ਦੇਖ ਸਕਦੇ ਹੋ, ਸੋਚ ਸਕਦੇ ਹੋ ਕਿ ਯੂ ਨੋ ਤੁਹਾਡੇ ਕੋਲ ਇਸ ਤਰ੍ਹਾਂ ਦੀ ਡੈਲੀ ਹੋਏ ਔਰ ਅਵੇਲੇਬਿਲਿਟੀ ਹੋਏ ਜਗ੍ਹਾ ਦੀ, ਅਤੇ ਤੁਸੀਂ ਕੀ ਸੋਚ ਰਹੇ ਹੋਵੋਗੇ, ਕੀ ਤੁਹਾਡੇ ਧਿਆਨ ਹੋਏਗਾ? ਸੋ ਜ਼ਰੂਰ ਕਾਲ ਕਰੋ। ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ, ਯੰਗ ਓਲਡ, ਮੈਨ ਵਿਮੈਨ, ਸਾਰੇ ਜਿੰਨਾ ਵੀ ਜੋ ਧਿਆਨ ਹੈਗਾ ਉਹ ਕਾਲ ਜ਼ਰੂਰ ਕਰਿਆ ਕਰੋ, ਕਿਉਂਕਿ ਕਈ ਵਾਰੀ ਰਿਪੀਟ ਕਰਦੇ ਆ ਇਹ ਚੀਜ਼ ਬੜੀ ਵਾਰੀ ਕਿ ਕਿਹਦਾ ਕਿਆ ਹੋਇਆ, ਕਿਸ ਦੇ ਕੰਮ ਆ ਜਾਂਦਾ ਉਹ ਕਿਹਾ ਨਹੀਂ ਜਾ ਸਕਦਾ। ਔਰ ਨੋਟ ਨੈਸੈਸਰੀ ਕਿ ਸਿਮਿਲਰ ਸਿਚੁਏਸ਼ਨ 'ਚ ਕੋਈ ਹੋਏ, ਕਈ ਵਾਰੀ ਜੋ ਵੀ ਤੁਸੀਂ ਕਹਿੰਦੇ ਹੋ ਉਹਦਾ ਬੜੇ ਹੀ ਡਿਫਰੈਂਟ ਸਿਚੁਏਸ਼ਨ ਦੇ ਵਿੱਚ ਕਿਸੇ ਦਾ ਭਲਾ ਹੋ ਜਾਂਦਾ। ਸੋ ਡੈਫੀਨੇਟਲੀ ਪਲੀਜ਼, ਇਹ ਬੜਾ ਵਧੀਆ ਮੰਚ ਹੈ ਜਿਹਦੇ 'ਚ ਤੁਹਾਨੂੰ ਕੋਈ ਨਹੀਂ ਦੇਖ ਰਿਹਾ। ਸੋ ਝਾਕਾ ਛੋੜੋ, ਕਾਲ ਕਰਕੇ ਕੁਛ ਆਪਣੀ ਸ਼ਬਦ ਬੋਲਣ ਦੇ, ਆਪਣੀ ਗੱਲ ਕਹਿਣ ਦਾ ਜ਼ਰੂਰ ਹਿੰਮਤ ਜੁਟਾਓ, ਕਿਉਂਕਿ ਬਹੁਤ ਵਾਰੀ ਯੂ ਨੋ ਬੜੇ ਸਾਰੇ ਮਿਲਦੇ ਹੈ, ਦੋ ਰੀਜ਼ਨਸ ਦਿੰਦੇ ਹੈ ਕਿ ਅਸੀਂ ਕਾਲ ਨਹੀਂ ਕਰਦੇ, ਇੱਕ ਕਿ ਨਹੀਂ ਪਤਾ ਨਹੀਂ ਯੂ ਨੋ ਸਾਰੇ ਬੜੇ ਵਧੀਆ ਬੋਲਦੇ ਹੈ, ਮੈਂ ਕਿਵੇਂ ਬੋਲਾਂ, ਮੈਨੂੰ ਝਾਕਾ ਆਉਂਦਾ, ਦੂਸਰਾ ਕਿ ਸਾਡਾ ਫੋਨ ਨਹੀਂ ਲੱਗਦਾ। ਆਈ ਥਿੰਕ ਟਰਾਈ ਕਰਨ 'ਚ ਕੋਈ ਹਰਜ਼ ਨਹੀਂ ਹੈ, ਫੋਨ ਬਿਲਕੁਲ ਅਵੇਲੇਬਲ ਹੈ ਇਸ ਵੇਲੇ ਵੀ, ਅਤੇ ਤੁਸੀਂ ਕਰੋ ਜ਼ਰੂਰ। ਅਤੇ ਜਿਹੜੇ ਕਰਦੇ ਹੈ ਉਹਨਾਂ ਨੂੰ ਜਿੰਨਾ ਵਾਰੀ ਹਰ ਚੀਜ਼ ਹੋਈ ਹੈ, ਜਿੰਨੀ ਪ੍ਰੈਕਟਿਸ ਕਰਾਂਗੇ ਓਨੀ ਜ਼ਿਆਦਾ ਅਸੀਂ ਉਹਦੇ 'ਚ ਮਾਇਰ ਹੋ ਜਾਵਾਂਗੇ। ਸੋ ਜਿਹੜੇ ਕਰਦੇ ਹੈ, ਜਿਨ੍ਹਾਂ ਦਾ ਲੱਗਦਾ ਉਹ ਵੀ ਲਗਾ ਕੇ ਰੱਖਦੇ ਨੇ ਅਤੇ ਗੱਲ ਸੁਣਦੇ ਨੇ, ਅਤੇ ਫਿਰ ਯੂ ਨੋ ਜੋ ਵੀ ਉਹਨਾਂ ਦੇ ਮਨ 'ਚ ਆਉਂਦਾ ਉਹ ਸ਼ੇਅਰ ਕਰਦੇ ਨੇ। ਸੋ ਜ਼ਰੂਰ ਜ਼ਰੂਰ ਕਾਲ ਕਰੋ, ਬਿਕੋਜ਼ ਕੋਈ ਵੀ ਡਿਸਕਸ਼ਨ, ਜਿਵੇਂ ਅਸੀਂ ਇਸ ਗਰੁੱਪ 'ਚ, ਜਿਵੇਂ ਅਕਸਰ ਮੈਂ ਕਹਿੰਦੀ ਹਾਂ, ਇੱਕ ਵੱਡਾ ਗਰੁੱਪ ਹੈ ਸਾਡਾ, ਸਾਰਿਆਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਬੜੀ ਜ਼ਰੂਰੀ ਹੈ। ਔਰ ਮੈਂ ਇੱਕ ਬਿਲੀਵਰ ਹਾਂ ਇਸ ਚੀਜ਼ ਦੀ ਕਿ ਜਿਹੜਾ ਕੰਟਰੀਬਿਊਟ ਕਰਦੇ ਹੈ, ਖੁਦ ਕੰਟਰੀਬਿਊਟ ਕਰਦੇ ਨੇ, ਉਹ ਜਿਸ ਇੰਟੈਂਸਿਟੀ ਨਾਲ, ਜਿਸ ਧਿਆਨ ਨਾਲ ਸੁਣਦੇ ਨੇ ਔਰ ਨਾਲ ਆਪਣੀ ਕੰਟਰੀਬਿਊਸ਼ਨ ਦੇਣਾ ਚਾਹੁੰਦੇ ਨੇ ਜਾਂ ਫਿਰ ਦੁਬਾਰਾ ਰੀਵਾਈਂਡ ਕਰਕੇ ਆਪਣੀ ਗੱਲ ਸੁਣਦੇ ਨੇ, ਉਹਨਾਂ ਦਾ ਫਾਇਦਾ ਡੈਫੀਨੇਟਲੀ ਜ਼ਿਆਦਾ ਹੁੰਦਾ। ਇਹ ਨਹੀਂ ਕਿ ਖਾਲੀ ਸੁਣਨ ਨਾਲ ਨਹੀਂ ਹੈ, ਪਰ ਫਿਰ ਵੀ ਇੱਕ ਇਨਵੋਲਵਮੈਂਟ ਉਹਦੇ ਵਿੱਚ ਜ਼ਿਆਦਾ ਹੈ। ਸੋ ਡੈਫੀਨੇਟਲੀ ਬਹੁਤ ਫਾਇਦੇ ਨੇ, ਤੁਸੀਂ ਮੈਨੂੰ ਗਿਣਨ ਨੂੰ ਕਹੋ ਤਾਂ ਮੈਂ ਬਹੁਤ ਸਾਰੇ ਗਿਣ ਲਾਂਗੀ, ਪਰ ਇਸੇ ਦੇ ਵਿੱਚ ਹੀ ਸ਼ੋਅ ਦਾ ਟਾਈਮ ਚਲਾ ਜਾਏਗਾ। ਇਸ ਪਿੱਛੇ ਜ਼ਰੂਰ ਟਰੱਸਟ ਮੀ, ਇਟਸ ਮੱਚ ਬੈਟਰ, ਡੂ ਕਾਲ, ਆਪਣੀ ਰਾਏ ਦਿਓ ਅਤੇ ਜ਼ਰੂਰ ਸੋਚ ਕੇ ਰੱਖੋ। ਆਈ ਨੋ ਇੱਕਦਮ ਮੈਨੂੰ ਵੀ ਨਹੀਂ ਸਮਝ ਆ ਰਹੀ ਸੀ ਮੈਂ ਕੀ ਕਮਾਇਆ ਇਹਨਾਂ ਨੂੰ, ਯੂ ਨੋ। ਸੋ ਤੁਸੀਂ ਵੀ ਹੋ ਸਕਦਾ ਥੋੜ੍ਹਾ ਜਿਹਾ ਕਪਲ ਆਫ ਮਿਨਟਸ ਚਾਹੁੰਦੇ ਹੋਵੋ। ਸੋ ਇੰਝ ਕਰਦੇ ਹਾਂ ਕਿ ਮੈਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲੈਂਦੀ ਹਾਂ, ਵਾਪਸ ਹਾਜ਼ਰ ਹੋਣੀ ਹਾਂ, ਤੁਸੀਂ ਆਪਣਾ ਜਵਾਬ ਸੋਚ ਕੇ ਰੱਖੋ ਅਤੇ ਕਾਲ ਕਰਕੇ ਜ਼ਰੂਰ ਦੱਸੋ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਇਸ ਮੀਆਂ ਬੀਵੀ ਨਾਲ, ਦੋਨੋਂ ਆ ਸਾਡਾ ਸ਼ੋਅ ਦੇਖ ਰਹੇ ਨੇ ਔਰ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਆਫ ਓਪੀਨੀਅਨ ਹੈ, ਜਿਹੜਾ ਕਿ ਕੌਨਫਲਿਕਟ ਹੈ ਇੱਕ ਪਰਟੀਕੁਲਰ ਚੀਜ਼ ਬਾਰੇ, ਇੱਕ ਡਿਸੀਜਨ ਉਹਨਾਂ ਨੇ ਲੈਣਾ ਹੈ ਜਿਹਦੇ ਪਿੱਛੇ ਮਤਭੇਵ ਹੈ, ਦੋਨੋਂ ਡਿਫਰੈਂਟ ਸੋਚ ਰਹੇ ਨੇ ਔਰ ਕੀ ਕਹਿ ਰਹੇ ਨੇ ਜ਼ਰੂਰ ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ ਜ਼ਰੂਰ ਦੱਸੋ। ਕਹਿੰਦੇ ਨੇ ਕਿ ਲਿਕਰ ਦਾ ਲਾਇਸੈਂਸ ਹਸਬੈਂਡ ਲੈਣਾ ਚਾਹੁੰਦੇ ਨੇ, ਆਪ ਨਹੀਂ ਪੀਂਦੇ, ਘਰ 'ਚ ਕੁਛ ਐਸਾ ਨਹੀਂ ਹੈ, ਬਿਲਕੁਲ ਨਹੀਂ ਪੀਂਦੇ, ਰਿਲੀਜੀਅਸ ਨੇ ਔਰ
यू नो कभी भी नहीं पीती, सो घर च कभी आँदी नहीं, बट लिकर स्टोर की ओपरचुनिटी मतलब डेली हैगी है, बट वो लिकर की जी किसी ने सलाह दी है कि वो बहुत अच्छी सेल हो जाएगी, इस पिछे पूछ रहे हैं कि की किरत ते जो तुसी कर्म जो अपने उत्ते तुसी रूल या कह लो कि डिसिप्लिन फॉलो करते हो उहदे विच अलग हो सकता है कि नहीं, लेट्स सी की कह रहे हैं, इन्हां नूं पुछते हैं। हैलो हैलो अरविंदर जी। हाँ जी सत श्री अकाल। सत श्री अकाल। कौन बोल रहे जी? हाँ जी मैं सुरजीत बोलती हूँ। हाँ जी सुरजीत जी दसो, स्वागत है तुहाडा। हाँ जी मेरा ये है भी जिस तरह भी साडा ही बिजनेस हैगा सीगा। अच्छी रेस्टोरेंट सीगा साडा बिजनेस। ठीक है पर ओदे विच इस तरह सानूं भी असीं सोचा ही भी लिक्विड जिहड़ा उह नहीं रखना, पर जिहड़े खाण पीण वाले सीगे उह कहिण लग पए भी तुसीं ज्यादा नहीं तो वाइन तो बीयर तो ही रखो। Okay. और तुसीं ना रखो कुछ भी। ठीक है ओदा असीं लाइसेंस लै लिया। अच्छा चल पिया चलो बिजनेस ठीक सोहना चलता सीगा। ठीक है पर ओदे वल वेख के बीयर वल वेख के ते मेरा वड्डा लड़का जिहड़ा सीगा ਉਹ ਬੀਅਰ ਪੀਣ ਲੱਗ ਪਿਆ। ਹਾਂਜੀ ਅੱਛਾ ਚਲੋ ਉਹਨੂੰ ਕੁਛ ਨਹੀਂ ਕਿਹਾ ਵੀ ਇਹ ਕੰਮ ਕਰਦਾ ਥੱਕ ਗਿਆ ਆ ਤੇ ਚਲੋ ਠੀਕ ਆ ਕੋਈ ਗੱਲ ਨਹੀਂ ਜ਼ਿਆਦਾ ਨਹੀਂ ਪੀਂਦਾ। ਠੀਕ ਹੈ ਪਰ ਫਿਰ ਸਿਰਫ ਜੇ ਵਾਈਨ ਹੋਈ ਸ਼ਰਾਬ ਹੀ ਆਪ ਖੁਦ ਆਪਣੇ ਲਿਆਉਣ ਲੱਗ ਪਿਆ ਕਿ ਮੈਂ ਥੱਕ ਜਾਂਦਾ ਉਹ ਫਿਰ ਬਾਅਦ ਵਿੱਚ ਸ਼ੂਟਿੰਗ ਹੋਈ ਮੈਨੂੰ ਜੀ ਗੋਲੀ ਤੇ ਮੈਂ ਹੋਸਪਿਟਲ ਚ ਤੇ ਮੇਰੇ ਹਸਬੈਂਡ ਹੀ ਪੀਣ ਲੱਗ ਪਏ। ਅੱਛਾ ਤੇ ਉਹ ਮੁੜ ਕੇ ਫਿਰ ਬਾਅਦ ਵਿੱਚ ਵੀ ਬਿਜ਼ਨਸ ਜਿਹੜਾ ਉਹ ਵੈਸੇ ਫੋਰਕਲੋਜ਼ਰ ਹੋ ਗਿਆ। ਸੋ ਜਿਹੜੀ ਲਿਕਰ ਆ ਨਾ ਇਹ ਭਾਵੇਂ ਬੰਦੇ ਨਾ ਵੀ ਕਹਿਣ ਕਿ ਮੈਂ ਨਹੀਂ ਪੀਂਦਾ ਪਰ ਫਿਰ ਵੀ ਜਿਹੜਾ ਕੋਈ ਫਰੈਂਡਸ਼ਿਪ ਹੁੰਦੀ ਆ ਉਹ ਕਹਿ ਦਿੰਦੇ ਚਲੋ ਯਾਰ ਘੁੱਟ ਘੁੱਟ ਪੀ ਲਈਏ ਅੱਜ ਠੰਡ ਬਹੁਤ ਆ। ਸੋ ਮੇਰੇ ਹਿਸਾਬ ਨਾਲ ਤੇ ਮੈਂ ਉਹਨਾਂ ਨੂੰ ਇਹ ਜਿਹੜਾ ਲਿਕਰ ਸਟੋਰ ਹੈ ਦੂਸਰਾ ਨਹੀਂ ਲੈਣਾ ਚਾਹੀਦਾ। ਅੱਛਾ ਠੀਕ ਹੈ ਠੀਕ ਹੈ ਸੁਰਜੀਤ ਸਿੰਘ ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਪਾਇਆ ਕਿ ਨਾ ਬੰਦਾ ਬੰਦਾ ਮਤਲਬ ਬਿਲਕੁਲ ਕਹਿੰਦੇ ਨਾ ਉਹ ਕੋਇਲੇ ਦੇ ਖਾਨ ਦੇ ਵਿੱਚ ਬਿਨਾਂ ਕਾਲੇ ਹੋਏ ਰਹਿ ਨਹੀਂ ਜਾਂਦਾ। ਹਾਂਜੀ ਹਾਂਜੀ ਜਿੰਨਾ ਮਰਜ਼ੀ ਬੰਦਾ ਕਹਿ ਨਾ ਵੀ ਨਹੀਂ ਮੈਂ ਨਹੀਂ ਪੀਂਦਾ ਜੀ ਪਰ ਜਿਹੜੇ ਫਰੈਂਡ ਹੁੰਦੇ ਨੇ ਉਹ ਹੀ ਕਹਿ ਜਾਂਦੇ ਵੀ ਅੱਜ ਠੰਡ ਬੜੀ ਜਾ ਰਹੀ ਨੀ ਠੰਡ ਦੇ ਵਿੱਚ ਘੁੱਟ ਘੁੱਟ ਪੀ ਲਈ ਨਾ ਕੀ ਫਰਕ ਪੈਂਦਾ ਤੇ ਫਿਰ ਵੱਧਦਾ ਜਾਂਦਾ ਪੀਲੇ ਪੀਲੇ ਮੁੜ ਕੇ ਫਿਰ ਬੋਤਾਂ ਚੱਲ ਜਾਂਦੀਆਂ। ਠੀਕ ਹੈ ਸੁਰਜੀਤ ਜੀ ਬਹੁਤ ਵਧੀਆ ਥੈਂਕ ਯੂ ਸੋ ਮਚ। ਹੋਰ ਦੇਖਦੇ ਹਾਂ ਸਾਰੇ ਕੀ ਕਹਿ ਰਹੇ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ ਫੋਨ ਵੱਲ ਆਪਣਾ ਧਿਆਨ ਦਿਓ ਪਲੀਜ਼। ਹੈਲੋ ਹਾਂਜੀ ਸੁਦਰਸ਼ਨ ਜੀ। ਹਾਂਜੀ ਅਰਵਿੰਦ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੀ ਕਹਿੰਦੇ ਹੋ ਦੱਸੋ ਕੀ ਖਿਆਲ ਹੈ ਤੁਹਾਡਾ। ਮੈਂ ਉਹਨਾਂ ਵਿਊਵਰਸ ਕੋਲ ਮਾਫੀ ਮੰਗਾਂਗੀ ਜਿਨ੍ਹਾਂ ਦੇ ਲਿਕਰ ਸਟੋਰ ਹੈ। ਅੱਛਾ ਕੁਛ ਵੀ ਅਸੀਂ ਕੋਈ ਖਿਲਾਫ ਨਹੀਂ ਕਹਿ ਰਹੀ ਮੈਂ ਕੁਛ ਜੀ ਬਿਲਕੁਲ ਬਿਲਕੁਲ ਸਾਡੇ ਬਹੁਤ ਸਾਰੇ ਭੈਣ ਭਾਈ ਨੇ ਜਿਨ੍ਹਾਂ ਦੇ ਹੈਗੇ ਨੇ ਰਾਈਟ ਔਰ ਜਿਹੜੇ ਨਹੀਂ ਵੀ ਇਸ ਨੂੰ ਟੱਚ ਵੀ ਨਹੀਂ ਕਰਦੇ ਐਸਾ ਵੀ ਹੈ। ਅੱਛਾ ਜੀ ਤੇ ਅਗਰ ਉਹਨਾਂ ਦੀ ਮਿਸਿਸ ਦੇ ਵਿੱਚ ਖਿਆਲ ਹੈ ਕਿ ਨਹੀਂ ਖੋਲਣਾ ਚਾਹੀਦਾ ਤੇ ਮੈਂ ਉਹਨਾਂ ਦੇ ਹੱਥ ਹੀ ਚਾਹ ਕੇ ਨਹੀਂ ਖੋਲਣਾ ਚਾਹੀਦਾ ਚਾਹੇ ਉਹਨਾਂ ਦੇ ਹਸਬੈਂਡ ਨਹੀਂ ਪੀਂਦੇ ਚਾਹੇ ਉਹ ਕਹਿੰਦੇ ਨੇ ਕਿ ਮੈਂ ਨਹੀਂ ਕਰਾਂਗਾ ਜਾਂ ਕੁਛ ਵੀ ਨਹੀਂ ਕਰਾਂਗਾ ਲੇਕਿਨ ਉਹਨਾਂ ਦੇ ਵਾਈਫ ਨੂੰ ਮਨ 'ਚ ਡਰ ਹੈ ਤੇ ਕੋਈ ਐਸੀ ਗੱਲ ਨਹੀਂ ਹੈ ਕਿ ਭਗਵਾਨ ਦਾ ਜੇ ਦਿੱਤਾ ਉਹਨਾਂ ਦੇ ਕੋਲ ਸਾਰਾ ਕੁਛ ਹੈ ਤੇ ਹੋਰ ਇਨਕਮ ਆ ਜਾਏ ਤੇ ਉਹਦਾ ਜ਼ਰੀਆ ਇਹ ਹੋ ਸਕਦਾ ਕਿ ਅਗਰ ਉਹਨਾਂ ਦੇ ਕੋਲ ਜਗ੍ਹਾ ਹੈ ਤੇ ਉਹ ਰੈਂਟ ਕਰ ਦੇਣ ਕਿਸੇ ਲਿਕਰ ਸਟੋਰ ਨੂੰ ਤੇ ਉਹਦਾ ਹਿੱਸਾ ਜਿਹੜਾ ਹੈ ਆਪਣੀ ਕਮਾਈ ਲਿਕਰ ਦੀ ਨਹੀਂ ਹੋਏਗੀ ਤੇ ਰੈਂਟ ਤੇ ਆਏਗਾ ਨਾ ਕਮਾਈ ਵੱਧ ਜਾਏਗੀ ਕੋਈ ਗੱਲ ਨਹੀਂ। ਓਕੇ ਬਾਕੀ ਸਾਰੇ ਭੈਣ ਭਰਾ ਕੀ ਕਹਿੰਦੇ ਨੇ ਮੈਂ ਸੁਣਾਂਗੀ ਦੁਬਾਰਾ ਮੈਨੂੰ ਚਾਂਸ ਮਿਲਿਆ ਤੇ ਫਿਰ ਮੈਂ ਗੱਲ ਕਰਾਂਗੀ ਪਰ ਅਜੇ ਮੇਰੀ ਇਹ ਖਿਆਲ ਹੈ ਕਿ ਉਹ ਠੀਕ ਕਹਿ ਰਹੇ ਨੇ ਕਿ ਨਾ ਖੋਲਣ। ਠੀਕ ਹੈ ਬਹੁਤ ਵਧੀਆ ਸੋ ਹਾਂ ਇਹ ਵੀ ਅੱਛਾ ਆਈਡੀਆ ਹੈ ਕਿ ਅਗਰ ਇਨਕਮ ਹੀ ਵਧਾਉਣੀ ਹੈ ਤੇ ਕਿਸੇ ਹੋਰ ਨੂੰ ਫਿਰ ਲਿਕਰ ਸਟੋਰ ਕਿਉਂ ਉਹ ਵੀ ਇੱਕ ਸਵਾਲ ਆਉਂਦਾ ਲਿਕਰ ਸਟੋਰ ਲਿਕਰ ਵਾਲਿਆਂ ਨੂੰ ਹੀ ਕਿਉਂ ਕਿਸੇ ਹੋਰ ਨੂੰ ਵੀ ਰੈਂਟ 'ਤੇ ਦੇ ਸਕਦੇ ਹੋ ਜਿਹੜਾ ਕਿ ਤੁਹਾਨੂੰ ਤਾਂ ਕਿਰਾਏ ਨਾਲ ਮਤਲਬ ਹੈ ਸਿਰਫ ਬਟ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਆ ਇਹਨਾਂ ਨੂੰ ਪੁੱਛਦੇ ਆ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ ਦੱਸੋ ਕੀ ਕਹਿੰਦੇ ਹੋ। ਮੈਂ ਤਾਂ ਦੇਖੋ ਜੀ ਅਸੀਂ ਖੁਦ ਵੈਸੇ ਵੈਜੀਟੇਰੀਅਨ ਪਰਿਵਾਰ ਹੀ ਆ ਜੀ ਜੀ ਪਰ ਦੇਖਿਆ ਜਾਵੇ ਤੇ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਰੱਖਣ 'ਚ ਕੋਈ ਇਤਰਾਜ਼ ਨਹੀਂ ਹੈਗਾ। ਅੱਛਾ ਜੇ ਨਹੀਂ ਪੀਂਦੇ ਉਹ ਤੇ ਉਹ ਨਾ ਪੀਣ ਠੀਕ ਹੈ। ਮੈਂ ਤੇ ਇਹ ਵੀ ਸੁਣਿਆ ਇੰਡੀਆ ਦੇ ਜਥੇਦਾਰਾਂ ਦੇ ਮੁੰਡੇ ਉਹ ਬੀਫ ਵੇਚਣ ਡਏ ਤੇ ਸ਼ਰਾਬਾਂ ਦਾ ਤੰਬਾਕੂ ਖਾਣ ਡਏ ਹੋਏ ਆ ਉਸ ਤੋਂ ਵੱਡੇ ਅਸੀਂ ਕੇਕੇ ਦੀ ਮਿਸਾਲ ਦਈਏ ਹੈ ਜੀ ਇਹ ਜ਼ਰੂਰ ਨਹੀਂ ਜੇ ਉਹਨਾਂ ਨੂੰ ਇਹ ਡਰ ਆ ਕਿ ਸਾਡੇ ਬੱਚੇ ਨਾ ਵਿਗੜ ਜਾਣ ਜੇ ਉਹਨਾਂ ਵਿਗੜਨਾ ਤੇ ਬਾਹਰੋਂ ਵੀ ਲੈ ਕੇ ਘਰੇ ਵਿਗੜ ਸਕਦੇ ਆ ਇਹ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਕੋਈ ਮਾੜੀ ਗੱਲ ਨਹੀਂ ਕਿ ਜੇ ਉੱਥੇ ਸਮਝਦੇ ਆ ਕਿ ਸਾਨੂੰ ਹੋਰ ਪ੍ਰੋਫਿਟ ਆ ਸਕਦਾ ਸਾਡਾ ਬਿਜ਼ਨਸ ਵੱਧ ਸਕਦਾ
ਤੇ ਮੇਰੇ ਖਿਆਲ ਨਾਲ ਕੋਈ ਇਤਰਾਜ਼ ਨਹੀਂ ਹੈਗਾ। ਪਰ ਗਿਆਨ ਸਿੰਘ ਜੀ, ਜਿਵੇਂ ਪ੍ਰੋਫਿਟ ਤੇ ਬੜੇ ਤਰੀਕੇ ਹੋਰ ਵੀ ਹੋਣੇ ਜਿਹੜੇ ਵਧਾਉਣ ਵਾਲੇ, ਤੇ ਫਿਰ ਉਹ ਆਈ ਡੋਨਟ ਨੋ, ਫਿਰ ਕਿਸ ਤਰ੍ਹਾਂ, ਬੜਾ ਔਖਾ ਨਹੀਂ ਹੈ? ਜਿਵੇਂ ਕਿਸੇ ਦਾ ਸੁਰਜੀਤ ਜੀ ਨੇ ਜਿਵੇਂ ਕਿਹਾ ਕਿ ਬਈ ਖੁਦ ਆਪਣੇ ਕੋਲ ਪਏ ਐ ਤੇ ਬੱਚਿਆਂ ਨੂੰ ਰੋਕਣਾ ਜਾਂ ਮਨਾ ਕਰ ਸਕਣਾ ਥੋੜਾ ਮੁਸ਼ਕਿਲ ਹੋਏਗਾ। ਹਾਂ ਦੇਖੋ, ਜੇ ਤੇ ਬੱਚੇ ਬੱਚੇ ਬਿਜ਼ਨਸ ਦੇ ਵਿੱਚ ਹੈਗੇ ਆ, ਬਿਜ਼ਨਸ ਦੇ ਕੀ ਪਤਾ ਬੱਚੇ ਬਿਜ਼ਨਸ ਚ ਹੈ ਕਿ ਜੇ ਪੜਦੇ ਪੁੜਦੇ ਬਾਅਦ ਨਹੀਂ ਗਏ, ਪੂਰਾ ਆਪਣਾ ਡੈਲੀ ਹੈ ਤੇ ਭਾਵੇਂ ਪੜਦੇ ਵੀ ਪਏ ਨੇ ਤੇ ਬੜੀ ਵਾਰੀ ਤੇ ਦੁਕਾਨ ਤੇ ਹੀ ਹੁੰਦੇ ਆ ਨਾ। ਹਾਂ ਠੀਕ ਹੈ, ਚਲੋ ਇਹ ਸੋਚ ਹੈ ਉਹਨਾਂ ਦੀ। ਵੈਸੇ ਮੈਂ ਤੇ ਇਹ ਕਹੂੰਗਾ, ਮੈਂ ਉਹ ਵੀ ਦੇਖਿਆ ਕਿ ਜਿਹਨਾਂ ਦੇ ਨਹੀਂ ਵੀ ਘਰ ਵਿੱਚ ਵਿਕਦਾ ਤਾਂ ਵੀ ਬਾਹਰ ਲੈ ਕੇ ਬੱਚੇ ਵਿਗੜ ਜਾਂਦੇ ਆ। ਜਿੰਨੇ 7-11 ਸਟੋਰ ਹੈਗੇ ਇੱਥੇ, ਉੱਥੇ ਤੰਬਾਕੂ ਵੀ ਵਿਕਦਾ, ਉੱਥੇ ਤੁਹਾਨੂੰ ਪਤਾ ਬੀਅਰ ਵਗੈਰਾ ਸਭ ਵਿਕਦਾ ਹੀ ਆ, ਤੇ ਵਿੱਚ ਉੱਥੇ ਸਾਡੇ ਬਹੁਤ ਬੰਦੇ ਕੰਮ ਕਰਦੇ ਜਿਹੜੇ ਨਹੀਂ ਖਾਂਦੇ ਪੀਂਦੇ, ਫੇਰ ਵੀ ਉਹ ਵੇਚੀ ਜਾਂਦੇ ਆ। ਵੇਚਣਾ ਹੋਰ ਚੀਜ਼ ਆ, ਉਹਨੂੰ ਯੂਜ਼ ਕਰਨਾ ਹੋਰ ਚੀਜ਼ ਹੈ, ਤੇ ਬਾਕੀ ਚਲੋ ਆਪਣਾ ਹਰ ਇੱਕ ਦੀ ਸੋਚ ਹੈਗੀ ਆ। ਠੀਕ ਹੈ, ਦੇਖਦੇ ਹਾਂ ਡਿਸਕਸ਼ਨ ਕਿੱਥੇ ਜਾਂਦੀ ਹੈ। ਜ਼ਰੂਰ ਅਗਰ ਕੁਝ ਹੋਰ ਧਿਆਨ ਆਏ ਜ਼ਰੂਰ ਕਾਲ ਕਰਿਓ ਦੁਬਾਰਾ। ਠੀਕ ਹੈ ਠੀਕ ਹੈ ਠੀਕ ਹੈ, ਸੁਣ ਲੈਣੇ, ਬਹੁਤ ਵਧੀਆ। ਕਿਉਂਕਿ ਉਹ ਹੀ ਕਹਿੰਦੇ ਨੇ ਵਰਤਣਾ ਹੋਰ ਚੀਜ਼ ਹੈ, ਵੇਚਣਾ ਹੋਰ ਚੀਜ਼ ਹੈ। ਔਰ ਬੜੇ ਸਾਰੇ ਐਗਜ਼ਾਮਪਲਸ ਆ ਗਿਆਨ ਸਿੰਘ ਜੀ ਕਹਿ ਰਹੇ ਕਿ ਜਿਹੜੇ ਕਿ ਆਪ ਨਹੀਂ ਲੈਂਦੇ ਅਤੇ ਉਹ ਵੇਚ ਰਹੇ ਨੇ। ਸੋ ਕਿਸ ਤਰ੍ਹਾਂ ਇਹ ਚੀਜ਼ ਦੋਨਾਂ ਦੀ ਅਸੀਂ ਕੀ ਸੋਚਦੇ ਹਾਂ, ਜ਼ਰੂਰ ਕਾਲ ਕਰੋ। ਬੜਾ ਇੰਟਰਸਟਿੰਗ ਹੋ ਰਿਹਾ ਹੈ ਜਿਵੇਂ ਜਿਵੇਂ ਅਸੀਂ ਗੱਲ ਕਰ ਰਹੇ ਹਾਂ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਕਹਿੰਦੇ ਹੋ ਤੁਸੀਂ? ਮੈਂ ਤਾਂ ਸੁਣ ਕੇ ਆਪ ਤਾਂ ਟੋਈ ਪਈ ਹਾਂ। ਹਾਂਜੀ, ਤੁਸੀਂ ਮੇਰੀ ਇੱਕ ਧਿਆਨ ਨਾਲ ਗੱਲ ਸੁਣੋ, ਇੱਕ ਮਿੰਟ ਟਾਈਮ ਦੇਣਾ ਜ਼ਿਆਦਾ। ਸਾਡੇ ਸਾਰੇ ਘਰਾਂ ਦੇ ਲਿਕਰ ਸਟੋਰ ਨੇ। ਅੱਛਾ, ਚਾਰੇ ਬੱਚਿਆਂ ਸਾਡੇ ਲਿਕਰ ਸਟੋਰ, ਇੱਕ ਮੇਰੀ ਬੇਟੀ ਦੇ 15 ਲਿਕਰ ਸਟੋਰ ਨੇ। ਓਕੇ, ਸਾਡੇ ਸਾਰਿਆਂ ਕੋਲ ਲਿਕਰ ਸਟੋਰ ਨੇ, ਦੂਜੇ ਬਿਜ਼ਨਸ ਵੀ ਹੈਗੇ ਨੇ। ਠੀਕ ਹੈ, ਮੇਰਾ ਜਵਾਈ 15 ਸਟੋਰਾਂ ਵਾਲੇ ਨੇ ਬੁੱਲਾਂ ਤੇ ਲਾਕੜੀ ਸ਼ਰਾਬ ਵੇਖੀ ਕਿਵੇਂ ਹੁੰਦੀ। ਅੱਜ ਤੱਕ ਇੱਕ ਮੇਰਾ ਜਵਾਈ ਉਹ ਮੀਟ ਸ਼ਰਾਬ ਵੀ, ਆਂਡਾ ਮੀਟ ਵੀ ਨੀ ਖਾਂਦਾ, ਸ਼ਰਾਬ ਵੀ ਦਾ ਲਿਕਰ ਸਟੋਰ ਚਲਾ ਰਿਹਾ। ਸਾਡੇ ਘਰ ਕੋਈ ਆ ਜਾਵੇ ਤੇ ਮੇਰੇ ਬੇਟੇ ਨੂੰ ਅਸੀਂ ਕਾਲ ਕਰਾਂਗੇ ਵੀ ਸ਼ਰਾਬ ਲੈ ਆਓ, ਜਿਹੜੇ ਪੀਣ ਵਾਲੇ ਪੀ ਜਾਣ, ਬਾਕੀ ਚੁੱਕ ਕੇ ਬੋਤਲ ਮਾੜੀ ਮੋਟੀ ਮੈਂ ਕਾਰ ਗਰਾਜ ਸੱਟੇ ਆ ਜਾ ਕੇ। ਅੱਛਾ ਜੀ, ਕਦੀ ਬੋਤਲ ਨੂੰ ਹੱਥ ਨਹੀਂ ਲੱਗੇ ਹੋਏ, ਜਿਹੜੇ ਟੱਕਣ ਖੋਲ ਕੇ ਸਾਡੇ ਮੂੰਹ ਚ ਆਪੇ ਪੈ ਜਾਏਗੀ, ਹੈਨਾ? ਮੇਰੀ ਗੱਲ ਸੁਣ, ਲਿਕਰ ਸਟੋਰਾਂ ਦੁਨੀਆਂ ਭਾਲਦੀ ਹੈ। ਸਾਡੇ ਮੈਰੀਲੈਂਡ ਦੇ ਵਿੱਚ ਲਿਕਰ ਸਟੋਰ ਇੰਨੇ ਕਾਮਯਾਬ ਨੇ, ਲੋਕਾਂ ਕੋਲ 4-4, 5-5, 2-2, 4-4 ਨੰਬਰ। ਇੱਕ ਐਡਾ ਵਧੀਆ ਬਿਜ਼ਨਸ ਹੋਵੇ, ਆਮਦਨ ਹੋਵੇ, ਤਾਂ ਅਸੀਂ ਕਹੀਏ ਸਾਡਾ ਟੱਬਰ ਪੀਂਦਾ ਨੀ, ਸਾਡੇ ਬੱਚੇ ਨੇ ਕੱਲ੍ਹ ਨੂੰ ਪੀਣ ਲੱਗ, ਕਿਉਂ ਪੀਣ ਲੱਗਾਂਗੇ? ਅਸੀਂ ਆਪਣਾ ਬਿਜ਼ਨਸ ਚਲਾਉਣਾ ਹੈ, ਅਸੀਂ ਆਪਣਾ ਫਾਇਦਾ ਉਠਾਉਣਾ, ਅਸੀਂ ਮਿਹਨਤ ਕੀਤੀ ਹੈ। ਜੇ ਇੰਨਾ ਡਰ ਲੱਗਦਾ ਤੁਹਾਨੂੰ, ਠੇਕੇ ਤੇ ਦੇ ਦੇਣ ਮਹੀਨੇ ਬਾਅਦ ਕੋਈ 10,000 ਦਾ ਡਰ ਆਏਗਾ ਹੀ ਨਾ, ਤਾਂ ਤੁਸੀਂ ਉਹ ਲੈ ਲਓ ਜਿਹੜਾ ਵੈਸ਼ਨੋ ਕੋਈ ਬਣਦਾ, ਵੈਸ਼ਨੋ ਦੇ ਪੈਸੇ ਨੀ ਬਣਨੇ। ਫਿਰ ਉਹ ਤੁਸੀਂ ਉਹੀ ਆਖੋਗੇ ਵੀ ਸਾਡਾ ਸਟੋਰ ਹੀ ਚੱਲਦਾ ਤੇ ਕੋਈ ਮਣੀ ਨੀ ਹੈਗੀ। ਲਿਕਰ ਸਟੋਰ ਚਲਾਓ, ਨਾ ਪੀਓ, ਨਾ ਉਹਦੇ ਧਿਆਨ ਦਿਓ ਕਿਸੇ ਪਾਸੇ। ਸਾਡੇ ਤਾਂ ਰਿਸ਼ਤੇਦਾਰਾਂ ਦੇ ਇੱਥੇ ਲਿਕਰ ਸਟੋਰ ਨੇ, ਕੋਈ ਪੀਂਦਾ ਹੀ ਨਹੀਂ, ਪਤਾ ਨੀ ਰੱਬ ਵੱਲੋਂ ਬਖਸ਼ਿਸ਼ ਹੋਈ। ਇੱਕ ਦੋ ਮੁੰਡੇ ਮਾੜਾ ਮੋਟਾ ਪੈਕ ਸ਼ੈਕ ਲਾਉਣਗੇ ਤੇ ਉਹ ਵੀ ਆਏ ਗਏ, ਕੋਈ ਗੈਸਟ ਆਏ ਹੋਣਗੇ। ਬਿਜ਼ਨਸ ਨਾ ਖਰਾਬ ਕਰੋ, ਜੇ ਬਹੁਤੀ ਤੁਹਾਨੂੰ ਨਫ਼ਰਤ ਆਉਂਦੀ ਹੈ ਤਾਂ ਤੁਸੀਂ ਠੇਕੇ ਦੇ ਦਿਓ, ਤੁਹਾਨੂੰ ਕੋਈ $10,000 ਮਹੀਨੇ ਦਾ ਆਏਗਾ। ਅਸੀਂ ਦਿੱਤੇ ਨੇ ਕਈ, ਸਾਨੂੰ $10,000-15,000 ਮਹੀਨੇ ਦਾ ਸਾਨੂੰ ਆਉਂਦਾ ਪਿਆ। ਜਿਵੇਂ ਆਪਾਂ ਲੀਜ਼ ਤੇ ਨੀ ਦੇ ਦਿੰਦੇ ਕਿਸੇ ਨੂੰ ਮਹੀਨੇ ਦੀ ਆਮਦਨ, ਸਾਨੂੰ ਠੇਕਾ ਮੁੱਕਿਆ, ਸਾਨੂੰ ਤੁਸੀਂ ਇੰਨੇ ਦੇਣੇ ਨੇ। ਮੇਰੀ ਬੇਟੀ ਜਿਹਦੇ 15 ਨੇ ਉਹ 3 ਚਲਾ ਰਹੇ ਨੇ ਆਪ, ਬਾਕੀ ਸਾਰੇ ਉਹਨਾਂ ਨੇ ਠੇਕੇ ਦਿੱਤੇ ਨੇ। ਬਹੁਤ ਵਧੀਆ ਆਂਟੀ ਜੀ, ਇੰਨਾ ਬਿਜ਼ਨਸ ਚੰਗਾ ਲੈ ਕੇ ਨਾ ਚਲਾਓ ਆਪ, ਨਾ ਪੀਓ, ਤੇ ਜੇ ਤੁਹਾਨੂੰ ਬੜੀ ਨਫ਼ਰਤ, ਤੁਸੀਂ ਹੋਰ ਕੋਈ ਬਿਜ਼ਨਸ ਕਰੋਗੇ ਤੇ ਇੰਨੀ ਮਨੀ ਨਹੀਂ ਆਏਗੀ, ਤੇ ਤੁਸੀਂ ਇਹਨੂੰ ਠੇਕੇ ਦਿਓ, ਵੇਚੋ ਨਾ, ਇਹਦੇ ਪੈਸੇ ਤਾਂ ਲੜਾਓ ਨਾ, ਮਿਹਨਤ ਕੀਤੀ। ਬਹੁਤ ਵਧੀਆ ਆਂਟੀ ਜੀ, ਥੈਂਕ ਯੂ ਸੋ ਮਚ। ਸੋ ਸਾਰਿਆਂ ਦੀ ਗੱਲਾਂ ਅਸੀਂ ਸੁਣ ਰਹੇ ਹਾਂ, ਐਂਡ ਉਹੀ ਕਿ ਮਨੀ ਤਾਂ ਆਏਗੀ, ਸਾਡੀ ਪ੍ਰਾਇਰਟੀਜ਼ ਕੀ ਹੈ। ਮੈਨੂੰ ਇਹ ਵੀ ਗੱਲ ਹੈ ਕਿ ਇਸ ਵੇਲੇ ਹਸਬੈਂਡ ਔਰ ਵਾਈਫ ਦੇ ਵਿੱਚ ਔਰ ਸਾਰੇ ਬੰਦਿਆਂ ਦੇ ਵਿੱਚ, ਯੂ ਨੋ, ਕਿੰਨਾ ਇੱਧਰ ਦਾ ਵੀ ਵਿਊ ਆ ਰਿਹਾ, ਦੂਜੇ ਪਾਸੇ ਦਾ ਵੀ ਵਿਊ ਆ ਰਿਹਾ। ਸੋ ਤੁਸੀਂ ਕੀ ਸੋਚਦੇ ਹੋ ਕਿ ਪ੍ਰਾਇਰਟੀ ਕੀ ਹੈ, ਇਹ ਯੂ ਨੋ ਆਪਸ ਵਿੱਚ ਕਰਨਾ? ਅਸੀਂ ਜਿਹੜੇ ਸਾਰੇ ਗੱਲਾਂ ਕਰ ਰਹੇ ਹਾਂ, ਕਿਸੇ ਦਾ ਵਿਊ ਕੁਛ ਹੋ ਸਕਦਾ, ਕਿਸੇ ਦਾ ਵਿਊ ਕੁਛ ਹੋ ਸਕਦਾ, ਕਿਸੇ ਦਾ ਐਕਸਪੀਰੀਅੰਸ ਕੁਛ ਹੋ ਸਕਦਾ, ਪਰ ਇੱਕ ਘਰ ਦੇ ਵਿੱਚ ਜੇ ਮੀਆਂ ਬੀਵੀ ਜਿਨ੍ਹਾਂ ਨੇ ਡਿਸਾਈਡ ਕਰਨਾ, ਜਿਨ੍ਹਾਂ ਨੇ ਡਿਸੀਜਨ ਲੈਣਾ, ਉਹਨਾਂ ਦਾ ਵਿਊ ਅਗਰ ਅਲੱਗ ਅਲੱਗ ਹੈ, ਤਾਂ ਫਿਰ ਕਿਤੇ ਤਾਂ ਯੂ ਨੋ ਆਉਣਾ ਪਏਗਾ। ਸੋ ਉਹਦੇ ਵਾਸਤੇ ਕਿਸ ਤਰ੍ਹਾਂ ਇਹਨਾਂ ਨੂੰ ਥੋੜ੍ਹੀ ਹੈਲਪ ਕਰੀਏ ਡਿਸਾਈਡ ਕਰਨ ਨੂੰ, ਜ਼ਰੂਰ ਦੱਸੋ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹਨ, ਤੁਸੀਂ ਵੀ ਜ਼ਰੂਰ ਕਾਲ ਕਰਕੇ ਆਪਣੀ ਗੱਲ ਕਹੋ। ਲੈਟਸ ਸੀ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਕੌਣ ਬੋਲ ਰਹੇ? ਹਾਂਜੀ, ਮੈਂ ਅਮਰਜੀਤ ਸਿੰਘ ਚਾਹਲ ਜੀ, ਮਲਵਾਕੀ ਤੋਂ ਜੀ।
ਹਾਂਜੀ ਹਾਂਜੀ ਸਵਾਗਤ ਹੈ ਸਵਾਗਤ ਹੈ ਦੱਸੋ ਕੀ ਕਹਿੰਦੇ ਹੋ ਅੱਜ ਮੈਂ ਚਾਹੁੰਦਾ ਜੀ ਇਹਨਾਂ ਨੂੰ ਜਿਨ੍ਹਾਂ ਨੇ ਆਪਣੀ ਸਲਾਹ ਲਈ ਹੈ ਜੀ ਇਹਨਾਂ ਨੂੰ ਲਿਕਰ ਸਟੋਰ ਜ਼ਰੂਰ ਲੈਣਾ ਚਾਹੀਦਾ ਅੱਛਾ ਮੇਰਾ ਵੀ ਬੇਟਾ 40 ਸਾਲ ਦਾ ਉਹਨੇ ਘਰ ਵੀ ਬੀਅਰ ਬਾਰ ਬਣਾਈ ਹੋਈ ਆ ਅੱਛਾ ਜੀ ਇਹਨੂੰ ਅਸੀਂ ਪਲਾਉਨੇ ਆ ਆਪ ਨੇ ਉਹ ਟੱਚ ਕਰਦਾ ਜ਼ਿੰਦਗੀ 'ਚ ਉਹਨੇ ਇੱਕ ਪੈਗ ਨਹੀਂ ਲਾਇਆ ਜੀ ਠੀਕ ਹੈ ਜੇ ਉਹ ਲਿਕਰ ਸਟੋਰ ਰੱਖਣਗੇ ਉਹਨਾਂ ਦੀ ਆਮਦਨ ਵਧੂਗੀ ਬੱਚੇ ਚੰਗੀ ਵਿਦਿਆ ਪ੍ਰਾਪਤ ਕਰਨਗੇ ਪਰ ਚਲ ਸਾਹਿਬ ਹੁਣ ਉਹ ਕਹਿ ਰਹੇ ਨੇ ਕਿ ਹੁਣ ਵੀ ਬਹੁਤ ਵਧੀਆ ਚੱਲ ਰਿਹਾ ਜਾਂ ਤਾਂ ਕੋਈ ਸਟਰਗਲ ਨਹੀਂ ਹੈ ਬੜਾ ਉਹਨਾਂ ਨੇ ਕੀ ਕਹਿੰਦੇ ਇੰਨੀ ਸੋਹਣੀ ਜਗ੍ਹਾ 'ਤੇ ਦਿੱਲੀ ਹੈ ਬੜੀ ਅੱਛੀ ਅਸੀਂ 7 ਸਾਲ 'ਚ ਇੰਨਾ ਪੈਸਾ ਕਮਾਇਆ ਹੈ ਇੰਨਾ ਕੁਝ ਬਣਾ ਲਿਆ ਉਹਦੇ ਨਾਲ ਹਾਂਜੀ ਹਾਂਜੀ ਸੋ ਕੋਈ ਕਮੀ ਨਹੀਂ ਹੈ ਪਰ ਉਹਦੇ ਨਾਲ ਭੈਣ ਜੀ ਜੇ ਆਪਣਾ ਬਿਜ਼ਨਸ ਹੋਰ ਵੱਧਦਾ ਉਹਨਾਂ ਨੇ ਆਪ ਡਿਊਟੀ ਕਰਨੀ ਆ ਕੋਈ ਉਹਨਾਂ ਨੂੰ ਸਪੈਸ਼ਲ ਜਗ੍ਹਾ ਨਹੀਂ ਚਾਹੀਦੀ ਕੋਈ ਉਹਨਾਂ ਨੂੰ ਸਪੈਸ਼ਲ ਨੌਕਰ ਨਹੀਂ ਚਾਹੀਦੇ ਤੇ ਉਹ ਤਾਂ ਉਹਨਾਂ ਨੂੰ ਤਾਂ ਮੁਫ਼ਤ 'ਚ ਮੁਨਾਫ਼ਾ ਆ ਰਿਹਾ ਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਥੈਂਕ ਯੂ ਸੋ ਮਚ ਤੁਹਾਡਾ ਧੰਨਵਾਦ ਧੰਨਵਾਦ ਥੈਂਕ ਯੂ ਸੋ ਮਚ ਸੋ ਯੂ ਨੋ ਮੈਂ ਜੋ ਵੀ ਸਵਾਲ ਕਾਊਂਟਰ ਅੱਗੇ ਪੁੱਛਦੀ ਹਾਂ ਉਹ ਇੱਕ ਡੈਵਲਸ ਐਡਵੋਕੇਟ ਵਾਸਤੇ ਕਿ ਕਿਉਂ ਕਿਉਂਕਿ ਡਿਫਰੈਂਸ ਆਫ ਓਪੀਨੀਅਨ ਹੈ ਸੋ ਮਤਲਬ ਦੂਸਰੇ ਪਾਸੇ ਦਾ ਸਵਾਲ ਵੀ ਮੈਨੂੰ ਤਾਂ ਕਰਕੇ ਵੀ ਹਾਂ ਅਗਰ ਇਸ ਤਰ੍ਹਾਂ ਸੋਚ ਰਹੇ ਹੋ ਤਾਂ ਕਿਉਂ ਸੋਚ ਰਹੇ ਹੋ ਕੀ ਰੀਜ਼ਨਸ ਹੈ ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਮੇਰਾ ਨਾਮ ਚਰਨਜੀਤ ਹੈ ਹਾਂਜੀ ਚਰਨਜੀਤ ਜੀ ਸਵਾਗਤ ਹੈ ਹਾਂਜੀ ਦੇਖੋ ਜੀ ਕਿ ਵੀ ਇਹ ਦਾਰੂ ਜਿਹੜਾ ਪੀਂਦਾ ਆ ਜੋ ਵੀ ਹੈਗਾ ਇਹ ਤਾਂ ਡਿਪੈਂਡ ਨਹੀਂ ਕਰਦਾ ਕਿ ਵੀ ਅਵੇਲੇਬਿਲਿਟੀ ਹੈਗੀ ਹੈ ਕਿ ਨਹੀਂ ਹੈਗੀ ਓਕੇ ਇਹ ਤਾਂ ਡਿਟਰਮੀਨੇਸ਼ਨ ਹੈ ਅੱਛਾ ਜੀ ਜੇਕਰ ਜਿਹਨੇ ਡਿਟਰਮਿਨ ਕੀਤਾ ਕਿ ਮੈਂ ਨਹੀਂ ਪੀਣੀ ਉਹ ਨਹੀਂ ਪੀਏਗਾ ਚਾਹੇ ਉਹਦੇ ਮੂੰਹ ਦੇ ਨਾਲ ਤੁਸੀਂ ਬੋਤਲ ਖੋਲ ਕੇ ਲਾ ਦਿਓ ਠੀਕ ਹੈ ਪਰ ਜਿਹੜੇ ਬੱਚੇ ਵੱਡੇ ਹੋ ਰਹੇ ਹੁੰਦੇ ਇੱਕ ਕੰਸਰਨ ਤੇ ਰਹਿੰਦਾ ਐਜ਼ ਅ ਪੇਰੈਂਟ ਮੈਨੂੰ ਪਤਾ ਹੈ ਕਿ ਅਸੀਂ ਨਹੀਂ ਪੀਂਦੇ ਤੇ ਥੋੜਾ ਜਦੋਂ ਬੱਚੇ ਵੱਡੇ ਹੋ ਰਹੇ ਸੀ ਯੂ نو ਸਕੂਲਾਂ ਚ ਦੋਸਤਾਂ ਨਾਲ ਤੇ ਇੱਕ ਕੰਸਰਨ ਰਹਿੰਦਾ ਹੈ ਕਿ ਹਾਏ ਸ਼ੁਰੂ ਨਾ ਕਰ ਦੇਣ ਯੂ نو ਇਹ ਸਾਰੇ ਮਾਪਿਆਂ ਨੂੰ ਹੁੰਦਾ ਹੈ ਤੇ ਦੇਖੋ ਇਹਦੇ ਚ ਤੁਸੀਂ ਬੱਚਿਆਂ ਦੇ ਉੱਤੇ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਹਾਂਜੀ ਕਹਿੰਦੇ ਤੁਸੀਂ ਕਿਸੇ ਤੁਸੀਂ ਆਪਣੇ ਤਾਂ ਕੰਟਰੋਲ ਤੁਸੀਂ ਕਰ ਲਓ ਇੰਨਾ ਬੜਾ ਹੈ ਹਾਂ ਬਾਕੀ ਤੁਸੀਂ ਇਹ ਦੇਖੋ ਕਿ ਬੱਚੇ ਤੁਹਾਡੇ ਕਿਸ ਟਾਈਪ ਦੇ ਨੇ ਚਲੋ ਬੱਚਿਆਂ ਦਾ ਇੱਕ ਕੰਸਰਨ ਹੋ ਗਿਆ ਹੋਰ ਮੈਨੂੰ ਦੱਸੋ ਕਿ ਕਿਸ ਤਰ੍ਹਾਂ ਹੈ ਕਿ ਅਸੀਂ ਅਗਰ ਨਹੀਂ ਪੀਂਦੇ ਤੇ ਕਿਉਂ ਨਹੀਂ ਪੀਂਦੇ ਤੇ ਫਿਰ ਅਸੀਂ ਅਗਰ ਵੇਚਦੇ ਆ ਤੇ ਸਿਰਫ ਇਹਦਾ ਮਤਲਬ ਪੈਸੇ ਕਮਾਉਣ ਵਾਸਤੇ ਵੇਚਣਾ ਜਿਹੜਾ ਹੈ ਤੁਸੀਂ ਜਦੋਂ ਤੁਸੀਂ ਵੇਚਣ ਲੱਗੇ ਆ ਤੁਸੀਂ ਦਾਰੂ ਪ੍ਰਮੋਟ ਨਹੀਂ ਕਰ ਰਹੇ ਕਿ ਚੰਗੀ ਚੀਜ਼ ਹੈ ਜਿਸ ਤਰ੍ਹਾਂ ਹੋਰ ਐਡਵਰਟਾਈਜ਼ਮੈਂਟ ਆਉਂਦੀਆਂ ਨੇ ਹਾਂਜੀ ਤੁਸੀਂ ਆਪਣਾ ਬਿਜ਼ਨਸ ਜਿਹੜਾ ਹੈ ਉਹ ਪ੍ਰਮੋਟ ਕਰ ਰਹੇ ਹੋ ਤੁਸੀਂ ਨਹੀਂ ਰੱਖੋਗੇ ਜਿੰਨੇ ਪੀਣੇ ਆ ਉਹ ਕਿਤੇ ਹੋਰ ਜਾ ਕੇ ਲੈ ਲੈਣ ਉਹਨਾਂ ਦੇ ਪੀਣੇ ਆ ਠੀਕ ਹੈ ਤੁਸੀਂ ਖਾਲੀ ਇੰਨਾ ਕਹਿ ਰਹੇ ਹੋ ਕਿ ਤੁਸੀਂ ਜੇ ਪੀਣੇ ਆ ਲੈਣੇ ਆ ਦੂਸਰੀ ਜਗ੍ਹਾ ਤੋਂ ਜਾਣ ਦੀ ਬਜਾਏ ਤੇ ਸਾਡੇ ਕੋਲ ਲਓ ਉਹਨਾਂ ਦੇ ਪੀਣੇ ਪੀਣੇ ਆ ਤੁਸੀਂ ਬਿਜ਼ਨਸ ਪ੍ਰਮੋਟ ਕਰਦੇ ਹੋ ਤੁਸੀਂ ਦਾਰੂ ਪ੍ਰਮੋਟ ਨਹੀਂ ਕਰਦੇ ਠੀਕ ਹੈ ਠੀਕ ਹੈ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕਈਆਂ ਨੇ ਸੁਜੈਸਟ ਕੀਤਾ ਕਿ ਤੁਸੀਂ ਹੋਰ ਆਈਟਮ ਰੱਖ ਲਓ ਜਾਂ ਕਿਤੇ ਹੋਰ ਲੈ ਲਓ ਦੇਖੋ ਕਿ ਵੀ ਇਹ ਡਿਪੈਂਡ ਕਰਦਾ ਕਿ ਜਿਹੜਾ ਤੁਹਾਡਾ ਰਜਿਸਟਿੰਗ ਬਿਜ਼ਨਸ ਹੈ ਉਹਦੇ ਵਿੱਚ ਕਿਹੜੀ ਹੋਰ ਆਈਟਮ ਫਿੱਟ ਹੋ ਸਕਦੀ ਹੈ ਜਦੋਂ ਇਹ ਫਿੱਟ ਹੋ ਸਕਦੀ ਹੈ ਔਰ ਜਿੰਨੇ ਬੰਦੇ ਆਲਰੇਡੀ ਕੰਮ ਕਰ ਰਹੇ ਨੇ ਉਹ ਇਹ ਚਲਾ ਸਕਦੇ ਨੇ ਵਿਦਆਊਟ ਐਡਿੰਗ ਅਦਰ ਲੇਬਰ ਵਾਈ ਨਾਟ ਡੂ ਇਟ ਠੀਕ ਹੈ ਵਾਈ ਨਾਟ ਕਿ ਜੇਕਰ ਆਲਰੇਡੀ ਚੰਗਾ ਚੱਲ ਰਿਹਾ ਹੈ ਬਿਜ਼ਨਸ ਇਹਦਾ ਮਤਲਬ ਇਹ ਨਹੀਂ ਹੈ ਕਿ ਟੂ ਸਟਾਪ ਇਟ ਜਿਹੜਾ ਚੰਗਾ ਬਿਜ਼ਨਸਮੈਨ ਹੈ ਹਮੇਸ਼ਾ ਉਹ ਹੀ ਕਹੇਗਾ ਕਿ ਜੀ ਤੁਸੀਂ ਕਿ ਅਸੀਂ ਇਹਨੂੰ ਹੋਰ ਵਧਾ ਲਈਏ ਫਿਰ ਇਹਨਾਂ ਤੇ ਆਉਂ ਵਿੱਚ ਦੂਸਰੀ ਗੱਲ ਇਹ ਹੈ ਕਿ ਮੈਂ ਉਹਨਾਂ ਦਾ ਨਾਂ ਨਹੀਂ ਲਿਆ ਸਾਡੇ ਇੱਥੇ ਕਈ ਨਾਮੀ ਜਿਹੜੇ ਨੇ ਕੇਸਲੀ ਜਥੇ ਨੇ ਹਾਂਜੀ ਜਾਂ ਭਾਈ ਨੇ ਉਹਨਾਂ ਦੇ ਬੱਚਿਆਂ ਨੇ ਕੀ ਹੈ ਵੀ ਪੰਜ ਪੰਜ ਛੇ ਛੇ ਲਿਕਰ ਸਟੋਰ ਲਏ ਹੋਏ ਨੇ ਔਰ ਉਹ ਬੜੀ ਅੱਛੀ ਤਰ੍ਹਾਂ ਚੱਲ ਰਹੇ ਨੇ ਲੇਕਿਨ ਉਹ ਆਪ ਨਹੀਂ ਪੀਂਦੇ ਕਿਉਂਕਿ ਸਾਡੇ ਲੋਕਾਂ ਦੇ ਕਈਆਂ ਦੇ ਨਾਲ ਪਰਸਨਲ ਰਿਲੇਸ਼ਨ ਵੀ ਹੁੰਦੇ ਨੇ ਇਸ ਕਰਕੇ ਪਤਾ ਕਿ ਉਹ ਨਹੀਂ ਪੀਂਦੇ ਲੇਕਿਨ ਕਈ ਕੀਰਤਨੀ ਜਿੱਥੇ ਜਿਨ੍ਹਾਂ ਦੇ ਆਪਣੇ ਲਿਕਰ ਸਟੋਰ ਨਹੀਂ ਹੈਗੇ ਉਹ ਦੂਸਰੀ ਜਗ੍ਹਾ ਤੋਂ ਲੈ ਕੇ ਰਾਤ ਨੂੰ ਪੀਂਦੇ ਨੇ ਉਹ ਅਗਲੇ ਦਿਨ ਕੀਰਤਨ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹ ਪੀਣਾ ਸੋ ਇਹ ਤੁਹਾਡੀ ਡਿਟਰਮੀਨੇਸ਼ਨ ਤੇ ਹੈ ਬਾਕੀ ਮੇਰਾ ਖਿਆਲ ਜੇਕਰ ਤੁਹਾਡੇ ਬੱਚੇ ਵੀ ਜੇਕਰ ਉਹਨਾਂ ਪੀਣੀ ਹੈ
ਤੁਹਾਡੇ ਕੋਲੋਂ ਨਹੀਂ ਲੈਣੇ, ਹੋਰ ਕਿਥੋਂ ਲੈ ਲੈਣਗੇ? ਇਹ ਪਤਾ ਨੀ ਬੱਚੇ ਅੱਜ ਕੱਲ ਬੱਚੇ ਤੁਹਾਡੇ ਨਾਲ ਰਹਿੰਦੇ ਕਿੱਥੇ ਨੇ, ਠੀਕ ਹੈ? ਤੁਹਾਡਾ ਕਿੰਨਾ ਕੁ ਕੰਟਰੋਲ ਹੈਗਾ? ਬਾਕੀ ਮੇਰਾ ਖਿਆਲ ਹੈ ਕਿ ਤੁਸੀਂ ਲਾਇਸੈਂਸ ਲਓ, ਆਪਣਾ ਵਧਾਓ, ਠੀਕ ਹੈ? ਜਿੰਨਾ ਪੈਸਾ ਆਉਂਦਾ ਕੁਛ ਸਾਨੂੰ ਵੀ ਭੇਜ ਦਿਓ, ਕੋਈ ਐਸੀ ਗੱਲ ਨਹੀਂ ਹੈ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਹੈ, ਕਿਉਂਕਿ ਸਾਰੇ ਜਿਹੜੇ ਕਾਫੀ ਕੇਸਿਸ, ਕਾਫੀ ਜਿਹੜੇ ਵਿਊ ਪੁਆਇੰਟਸ ਇਹ ਆ ਰਹੇ ਕਿ ਕੋਈ ਹਰਜ਼ ਨਹੀਂ ਹੈ, ਖੁਦ ਨਹੀਂ ਵੀ ਪੀਂਦੇ ਤੇ। ਆਈ ਅੰਡਰਸਟੈਂਡ, ਜੋ ਮੈਨੂੰ ਲੱਗਦਾ ਹੈ ਕਿ ਇੱਕ ਕੰਸਰਨ ਇਹ ਹੈਗਾ ਕਿ ਬੱਚੇ ਨਾ ਪੀਣ, ਯੂ ਨੋ, ਮਾਹੌਲ ਨਾ ਦਿਓ ਉਹਨਾਂ ਨੂੰ। ਬਿਲਕੁਲ ਸਹੀ ਹੈ, ਕਈ ਬੱਚੇ ਬਾਹਰ ਜਾ ਕੇ ਵੀ ਪੀਣਗੇ, ਬਿਨਾਂ ਦੱਸੇ ਵੀ ਪੀਣਗੇ, ਔਰ ਯੂ ਨੋ, ਆਪਣੇ ਲਿਕਰ ਸਟੋਰ ਵਾਲੇ ਹੀ ਤਾਂ ਨਹੀਂ ਸਾਰੇ ਪੀ ਰਹੇ ਨਾ, ਸਾਰੀ ਦੁਨੀਆ ਪੀ ਰਹੀ ਹੈ ਤਾਂ ਉਹ ਸਾਰਿਆਂ ਦੇ ਲਿਕਰ ਸਟੋਰ ਥੋੜ੍ਹੀ ਹੈ, ਉਹ ਵੈਸੇ ਹੀ ਪੀ ਰਹੇ ਨੇ। ਬਟ ਉਸ ਚੱਕਰ ਦੇ ਵਿੱਚ ਨਹੀਂ, ਇੱਕ ਤਾਂ ਬੱਚਿਆਂ ਦਾ ਕੰਸਰਨ ਹੋ ਗਿਆ, ਦੂਜਾ ਮੈਨੂੰ ਜਿਹੜੇ ਪਹਿਲੇ ਵੀ ਕਾਲ ਕਰ ਚੁੱਕੇ ਹਾਂ, ਪਲੀਜ਼ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਕਿਉਂਕਿ ਨਵੇਂ ਰੂਪ 'ਤੇ ਮੇਰੇ ਸਵਾਲ ਦਿਮਾਗ ਦੇ ਵਿੱਚ ਜਿਹੜਾ ਆ ਰਿਹਾ ਕਿ ਤੁਸੀਂ ਖੁਦ ਨਹੀਂ ਪੀਂਦੇ ਅਤੇ ਕਿਉਂ ਨਹੀਂ ਪੀਂਦੇ? ਜਿਵੇਂ ਇੱਕ ਮੈਂ ਪੈਰਲਲ ਕੁਐਸਚਨ ਪੁੱਛਣ ਲੱਗੀ ਹਾਂ ਕਿ ਹੁਣ ਬੜੀ ਸਟੇਟਸ ਦੇ ਵਿੱਚ ਮੈਰਵਾਨਾ ਜਿਹੜੀ ਹੈ ਉਹ ਲੀਗਲ ਹੋਣ ਵਾਲੀ ਹੈ, ਅਸੀਂ ਤਕਰੀਬਨ ਨਹੀਂ ਚਾਹੁੰਦੇ ਕਿ ਬੱਚੇ ਲੈਣ, ਯੂ ਨੋ, ਪਰ ਫਿਰ ਵੀ ਤੁਸੀਂ ਉਹ ਬਿਜ਼ਨਸ ਨੂੰ ਤੁਸੀਂ ਕਹੋਗੇ ਕਿ ਹਾਂ ਪੈਸਾ ਬੜਾ ਅਤੇ ਕਿਉਂ ਨਹੀਂ ਕਰੀਏ? ਬੱਚੇ ਛੋਟੇ ਨੇ, ਵੱਡੇ ਨੇ, ਕੋਈ ਹਰਜ਼ ਨਹੀਂ, ਅਸੀਂ ਥੋੜ੍ਹੀ ਲੈ ਰਹੇ ਹਾਂ, ਕਰੀਏ ਕਿ ਨਾ ਕਰੀਏ? ਇਟਸ ਅ ਸੇਮ ਕੁਐਸਚਨ, ਕਿਉਂਕਿ ਲੀਗਲ ਹੈ, ਲਿਕਰ ਲੀਗਲ ਹੈ, ਅਲਕੋਹਲ ਲੀਗਲ ਹੈ, ਹੁਣ ਤੋਂ ਮਰਵਾਨਾ ਵੀ ਬੜੀ ਜਗ੍ਹਾ 'ਤੇ ਲੀਗਲ ਹੋ ਜਾਣੀ ਹੈ, ਹੋ ਗਈ ਹੈ ਬਹੁਤ ਜਗ੍ਹਾ 'ਤੇ ਅਤੇ ਜਿੱਥੇ ਹੋ ਜਾਣੀ ਹੈ। ਸੋ ਕੀ ਇਹ ਪੈਰਲਲ ਕੁਐਸਚਨ ਉੱਥੇ ਵੀ ਲਾਗੂ ਹੋਏਗਾ ਕਿ ਹਾਂ ਕੋਈ ਗੱਲ ਨਹੀਂ, ਆਪ ਤਾਂ ਨਹੀਂ ਲੈ ਰਹੇ ਨਾ, ਕਿਉਂਕਿ ਡਿਮਾਂਡ ਹੈ, ਇਹ ਵੇਚੋ? ਸੋ ਜ਼ਰੂਰ ਦੱਸੋ, ਕਿਉਂਕਿ ਹਾਂ ਇਗਜ਼ਾਮਪਲਸ ਕਿ ਕਈ ਕਰ ਰਹੇ ਨੇ, ਜਿਵੇਂ ਇਹਨਾਂ ਨੇ ਕਿਹਾ ਕਿ ਕਈ ਹੈਗੇ ਹੈ ਜਿਹੜੇ ਆਪ ਨਹੀਂ ਪੀਂਦੇ, ਉਹਨਾਂ ਦੇ ਲਿਕਰ ਸਟੋਰਸ ਹੈਗੇ ਹੈ, ਕਈ ਜਿਹੜੇ ਲਿਕਰ ਸਟੋਰਸ ਨਹੀਂ ਵੀ ਹੈਗੇ ਅਤੇ ਉਹਨਾਂ ਉਹ ਪੀਂਦੇ ਨੇ, ਉਹ ਇਗਜ਼ਾਮਪਲਸ ਨੂੰ ਛੋੜ ਦਿਓ। ਮੈਨੂੰ ਬੜਾ ਵਧੀਆ ਕਿ ਉਹਨਾਂ ਨੂੰ ਪਤਾ ਹੈ, ਇਹ ਐਕਸਪੀਰੀਅੰਸ ਹੈ ਉਹਨਾਂ ਦਾ, ਪਰ ਤੁਹਾਡਾ ਪੁਆਇੰਟ ਆਫ ਵਿਊ ਕੀ ਹੈ, ਐਥੀਕਲੀ ਮੋਰਲੀ ਤੁਹਾਨੂੰ ਕੀ ਲੱਗਦਾ? ਜ਼ਰੂਰ ਦੱਸੋ, ਔਰ ਮੈਨੂੰ ਇਹ ਵੀ ਦੱਸਿਓ ਕਿ ਯੂ ਨੋ, ਅਗਰ ਅਸੀਂ ਉਹੀ ਚੀਜ਼ ਨੂੰ ਮਰਵਾਨਾ ਦੇ ਵਿੱਚ ਲਾ ਕੇ ਰੱਖੀਏ, ਸਾਡਾ ਪੁਆਇੰਟ ਆਫ ਵਿਊ ਬਦਲੇਗਾ ਜਾਂ ਉਹੀ ਰਹੇਗਾ? ਲੈਣੀ ਹੈ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਹਾਜ਼ਰ ਹੋਣੀ ਹੈ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਸਾਰੇ ਕੀ ਕਹਿ ਰਹੇ ਹੈ, ਕੁਇਕਲੀ ਆਪਣੇ ਵਿਊਜ਼ ਦਿਓ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ ਜੀ? ਮੈਂ ਜਸਵਿੰਦਰ ਬੋਲਦੀ ਜੀ। ਹਾਂਜੀ ਦੱਸੋ ਕੀ ਕਹਿੰਦੇ ਹੋ, ਸਵਾਗਤ ਹੈ। ਹਾਂਜੀ, ਇੱਕ ਗੱਲ ਇਹ ਹੈਗੀ ਕਿ ਸਾਰਿਆਂ ਦੇ ਸੁਜੈਸ਼ਨ ਆਪਣੇ ਆਪਣੇ ਵੱਖਰੇ ਵੱਖਰੇ ਤਰੀਕੇ ਦਾ ਹੁੰਦੇ ਹੈ ਨਾ ਜੀ, ਤੇ ਮੈਂ ਇਹ ਸੋਚ ਰਹੀ ਹਾਂ ਕਿ ਅਸੀਂ ਆਪਣਾ ਵੀ ਸੋਚ ਲਿਆ, ਆਪਣੇ ਬੱਚੇ ਦਾ ਸੋਚ ਲਿਆ, ਮੈਂ ਵੀ ਨਹੀਂ ਪੀਂਦਾ, ਮੇਰਾ ਬੱਚਾ ਵੀ ਨਹੀਂ ਪੀਵੇਗਾ, ਤੇ ਪੈਸਾ ਵੀ ਮੇਰੇ ਹੱਥ ਆ ਜਾਏਗਾ ਹੈ ਨਾ, ਪਰ ਕਿਸੇ ਦੇ ਭਲੇ ਬਾਰੇ ਦਾ ਅਸੀਂ ਕੁਛ ਨਾ ਸੋਚਿਆ ਨਾ। ਗੁਰੂ ਸਾਹਿਬ ਕਹਿ ਗਏ ਕਿ ਕਰ ਭਲਾ ਤੇ ਹੋਵੇ ਭਲਾ। ਅੱਛੀ, ਤੇ ਜੇ ਅਸੀਂ ਅੱਜ ਬਿਜ਼ਨਸ ਨਾ ਕਰਾਂਗੇ ਤੇ ਇਹਦੇ ਚ ਖਰੇ ਕਿੰਨੇ ਕੁ ਬੱਚਿਆਂ ਦਾ ਭਲਾ ਹੋਏਗਾ? ਪਰ ਜਿਹੜੇ ਇਸ ਵਿਊ ਦੇ ਹੈ ਕਿ ਬਿਜ਼ਨਸ ਦੀ ਕੋਈ ਪ੍ਰੋਬਲਮ ਨਹੀਂ ਹੈ, ਉਹਨਾਂ ਦਾ ਕਹਿਣਾ ਹੈ ਕਿ ਬਈ ਉਹਨੇ ਜਿਹਨੇ ਪੀਣੀ ਹੈ ਉਹ ਤੁਹਾਡੇ ਕੋਲ ਨਹੀਂ ਆਏਗਾ, ਕਿਸੇ ਹੋਰ ਕੋਲ ਚਲਾ ਜਾਏਗਾ। ਉਹ ਵੀ ਗੱਲ ਠੀਕ ਹੈ, ਪਰ ਕਈ ਵਾਰ ਸਾਨੂੰ ਲਾਗੇ ਚੀਜ਼ ਨਾ ਮਿਲੇ, ਅਸੀਂ ਦੂਰ ਜਾਣ ਤੋਂ ਥੋੜਾ ਕੰਨੀ ਕਤਰਾ ਜਾਂਦੇ ਹਾਂ। ਠੀਕ ਹੈ, ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਕਿਸੇ ਨੂੰ ਆਮ ਜਾਣ ਕੇ ਨਹੀਂ ਛੱਡਦੇ ਵੀ ਸਾਡੀ ਬੋਤਲ ਵਾਧੂ ਵਿਕੇਗੀ, ਪੈਸੇ ਆਉਣਗੇ, ਉਹ ਗੱਲ ਨਹੀਂ ਹੁੰਦੀ ਪੁੱਤਰ, ਇਹ ਗੱਲ ਹੁੰਦੀ ਹੈ ਕਿਸੇ ਨੂੰ ਨਫ਼ਰਤ ਹੁੰਦੀ ਅਗਲਾ ਨਹੀਂ ਪੀਂਦਾ। ਠੀਕ ਹੈ, ਭਾਵੇਂ ਆਪਾਂ ਗੈਸਟ ਆਉਂਦੇ ਨੇ ਉਹ ਸਾਨੂੰ ਕੋਈ ਕਹਿੰਦੇ ਨੇ ਤੁਸੀਂ ਪੀਓ, ਇੱਕ ਪੈਕ ਖਾ ਕੇ ਤੁਸੀਂ ਪੀ ਲਾ, ਗਿਲ ਸਾਹਿਬ ਤੁਸੀਂ ਪੀ ਲਓ, ਨਹੀਂ ਅਗਲੇ ਜਿੰਨਾ ਪੀਣੀਆਂ ਪੀ ਜਾਣ, ਸਾਡੇ ਘਰ ਗੈਸਟ ਆਏ ਨੇ ਅਸੀਂ ਸੰਭਾਲਿਆ। ਬਾਕੀ ਇਹ ਗੱਲ ਬੇਟੇ ਜ਼ਰੂਰੀ ਇਹ ਨਹੀਂ ਹੈਗਾ ਵੀ ਕੋਈ ਆਪਣੇ ਲਿਕਰ ਸਟੋਰ ਚ ਆਉਣ ਲੱਗਿਆ ਪੈਸੇ ਮਾਰੇ, ਕਿ ਜਿਹੜੀ ਜੁਗ ਸ਼ੁਰੂ ਤੋਂ ਨਫ਼ਰਤ ਹੈ ਬੇਟੇ ਉਹ ਨਫ਼ਰਤ ਹੀ। ਜਿਹੜਾ ਮੇਰਾ ਵੱਡਾ ਜਵਾਈ ਨਾ ਬਰਾਤ ਗਿਆ ਸੀ ਤੇ ਮੇਰੇ ਬ੍ਰਦਰ ਨੇ ਆ ਕੇ ਇੱਕ ਚਮਚਾ ਮੂੰਹ ਨਾਲ ਲਾ ਲਓ ਤੇ ਸਾਡੇ ਘਰ ਤੁਸੀਂ ਬਰਾਤ ਆਏ, ਲਾੜਾ ਨੇ ਆ ਕੇ, ਮੈਂ ਉਹਨੂੰ ਮੇਰੇ ਬ੍ਰਦਰ ਨੇ ਹੱਥ ਲਾ ਕੇ ਨਾ ਬੁਲਾਉਣ ਤੇ ਮੇਰੇ ਜਵਾਈ ਨੂੰ ਉਲਟੀਆਂ ਆ ਗਈਆਂ। ਠੀਕ ਹੈ ਆਂਟੀ, ਥੈਂਕ ਯੂ ਸੋ ਮਚ, ਥੈਂਕ ਯੂ ਆਂਟੀ, ਸੋਰੀ ਮੈਂ ਕੁਇਕਲੀ, ਕਿਉਂਕਿ ਸਾਰਿਆਂ ਨੂੰ ਆਪਾਂ ਯੂ ਨੋ ਟਾਈਮ ਦੇਣਾ, ਨਾਲੇ ਤੁਸੀਂ ਇੱਕ ਬੰਦੇ ਦੀ ਗੱਲ ਕਰ ਰਹੇ ਹੋ ਵੀ ਇੱਕ ਬੰਦਾ ਜਿਹਨੇ ਨਹੀਂ ਪੀਣੀ ਨਹੀਂ ਪੀਣੀ, ਪਰ ਸਟੈਟਿਸਟਿਕਸ ਹੈ,
60% ਪੀਪਲ ਜਿਹੜੇ ਪੀਂਦੇ ਆ ਉਹਨਾਂ ਨੂੰ ਜਦੋਂ ਮਾਹੌਲ ਜ਼ਿਆਦਾ ਮਿਲਦਾ ਉਹ ਪੀਂਦੇ ਆ, ਜ਼ਰੂਰੀ ਨਹੀਂ ਹੈ ਮਾਹੌਲ ਨਹੀਂ ਮਿਲਦਾ ਤਾਂ ਬਹੁਤ ਬਚ ਜਾਂਦੇ ਆ। ਠੀਕ ਹੈ, ਮਾਹੌਲ ਦੇ ਵਿੱਚ ਵੀ 40% ਹੈ ਜਿਹੜੇ ਨਹੀਂ ਹੱਥ ਲਾਉਣਗੇ, ਪਰ ਜਿਹੜਾ ਬਿਲਕੁਲ ਜਿਹਨਾਂ ਨੂੰ ਨਹੀਂ ਮਿਲਿਆ ਔਰ ਜਿਹਨਾਂ ਨੂੰ ਮਿਲਿਆ ਉਹਦੇ ਵਿੱਚ 60% ਦਾ ਫਰਕ ਹੈ, ਸਟੈਟਿਸਟਿਕਸ ਰਿਸਰਚ ਹੋ ਚੁੱਕੀ ਹੈ ਇਹਦੇ 'ਚ। ਸੋ ਜਿੰਨਾ ਜ਼ਿਆਦਾ ਮਾਹੌਲ ਹੋਏਗਾ, ਜਿਹੜੇ ਸ਼ਹਿਰ 'ਚ ਬਿਲਕੁਲ ਪੀਣ ਦੀ ਦੁਕਾਨ ਨਹੀਂ ਹੈ ਅਤੇ ਜਿਸ ਸ਼ਹਿਰ 'ਚ ਬਹੁਤ ਹੈਗਾ ਉਹਦਾ ਡਿਫਰੈਂਸ ਦੇਖੋ, ਹੈਗਾ ਨਾ ਉਹ ਡਿਫਰੈਂਸ, ਉਹ ਇਸੇ ਪਿੱਛੇ ਹੈ ਕਿ ਮਾਹੌਲ ਕੀ ਮਿਲਿਆ ਤੁਹਾਨੂੰ। ਜਿੱਥੇ ਹੋਏਗਾ ਉਹ ਦੂਰ ਜਾ ਕੇ ਲੇ ਨਹੀਂ ਲਏਗਾ ਜਾਂ ਨਹੀਂ, ਆਮ ਬੰਦਾ ਨਹੀਂ ਉਹਦੇ 'ਚ ਪੀਏਗਾ, ਪਰ ਜਿੱਥੇ ਕੋਨੇ ਕੋਨੇ 'ਤੇ ਖੁੱਲੀਆਂ ਹੋਈਆਂ ਉੱਥੇ ਜ਼ਿਆਦਾ ਬੰਦਾ ਪੀ ਰਿਹਾ, ਉੱਥੇ ਫਿਰ ਕਿਉਂ ਨਹੀਂ ਆਉਂਦਾ ਕਿ ਹਾਂ ਮੈਂ ਨਹੀਂ ਪੀਣੀ ਅਤੇ ਨਹੀਂ ਪੀਣੀ, ਖੁੱਲੀਆਂ ਰਹਿਣ ਦਿਓ, ਹੈ ਫਰਕ ਹੈਗਾ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਹਾਂਜੀ ਸੁਦਰਸ਼ਨ ਜੀ ਦੱਸੋ। ਮੈਸੇਜ ਉਹਨਾਂ ਨੇ ਮੈਸੇਜ ਵੀ ਕੀਤਾ ਸੀ ਤੁਹਾਨੂੰ, ਹਾਂਜੀ, ਪਰ ਸਵਾਲ ਹੈ ਅਰਵਿੰਦ ਜੀ ਜੀ, ਉਹ ਵੀ ਗੱਲ ਠੀਕ ਹੈ ਕਿ ਉਹ ਬਾਹਰ ਜਗ੍ਹਾ ਹੋਰ ਜਗ੍ਹਾ ਤੇ ਪੀਣਗੇ, ਜਿਹੜੇ ਨਹੀਂ ਇੱਥੋਂ ਨਹੀਂ ਲੈਣਗੇ ਤੇ ਹੋਰ ਕਿਸੇ ਤੋਂ ਲੈ ਲੈਣਗੇ, ਓਕੇ ਉਹ ਗੱਲ ਠੀਕ ਹੈ, ਲੇਕਿਨ ਮੋਰਲੀ ਮੈਂ ਸੋਚਦੀ ਹਾਂ ਵੀ ਮੈਂ ਤਾਂ ਨਹੀਂ ਪੀਂਦਾ, ਹਾਂ, ਪਰ ਮੈਂ ਦੂਜਿਆਂ ਤੇ ਵੇਚ ਰਿਹਾ ਨਾ, ਹਾਂ, ਇਹ ਮੇਰਾ ਵਿਚਾਰ ਹੈ, ਆਈ ਮੇ ਬੀ ਰੋਂਗ। ਨੋ 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 ਦੈਟਸ ਫਾਈਨ, ਵੀ ਜਸਟ ਆਸਕਿੰਗ ਕਿ ਤੁਸੀਂ ਰੋਂਗ ਰਾਈਟ ਨਹੀਂ, ਇੱਥੇ ਆਪਣਾ ਆਪਣਾ ਓਪੀਨੀਅਨ ਦਿਓ ਬਸ, ਆਪਣਾ ਆਪਣਾ ਓਪੀਨੀਅਨ ਹੈ, ਕਈਆਂ ਨੂੰ ਬੁਰਾ ਲੱਗੇਗਾ, ਮੈਂ ਤਾਂ ਨਹੀਂ ਪੀਂਦਾ ਜੀ, ਪਰ ਇਸ ਬਿਜ਼ਨਸ ਵਿੱਚ ਬਹੁਤ ਪੈਸਾ, ਹੋਰ ਵੀ ਅਰਵਿੰਦ ਜੀ ਬੜੇ ਬਿਜ਼ਨਸ ਚ ਪੈਸੇ ਨੇ, ਪੈਸਾ ਹੈ ਬਿਜ਼ਨਸ ਨੇ, ਜਿੰਨਾ ਚ ਲੋਕ ਪੈਸਾ ਕਮਾਉਂਦੇ, ਨਾਲੇ ਪੈਸਾ ਸਭ ਕੁਝ ਨਹੀਂ ਹੈ ਨਾ, ਪਰ ਪੈਸਾ ਸਾਰਾ ਕੁਝ ਤਾਂ ਨਹੀਂ ਹੈ ਨਾ, ਸਹੀ ਹੈ, ਨਹੀਂ ਹੈ ਸਾਰਾ ਕੁਝ। ਸੋ ਮੈਰਵਾਨਾ ਤੇ ਲਾ ਕੇ ਦੇਖਿਆ ਤੁਸੀਂ ਜੋ, ਹਾਂਜੀ, ਸੇਮ ਕੁਐਸਚਨ ਨੂੰ ਮੈਰਵਾਨਾ ਤੇ ਲਾ ਕੇ ਦੇਖਿਆ ਕੀ ਥੋੜਾ ਥੋੜਾ ਯੂ نو ਡਿਫਰੈਂਸ ਆਉਂਦਾ ਹੈ? ਨਹੀਂ ਮੈਂ ਉਹ ਨਹੀਂ ਦੇਖਿਆ ਲਗਾ। ਠੀਕ ਹੈ ਠੀਕ ਹੈ, ਥੈਂਕ ਯੂ ਸੋ ਮਚ। ਇਹਨਾਂ ਨੂੰ ਪੁੱਛਦੇ ਆ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਰਵਿੰਦਰ ਜੀ। ਹਾਂਜੀ ਨਸੀਬ ਜੀ, ਦੱਸੋ ਕੀ ਕਹਿੰਦੇ ਹੋ। ਹਾਂਜੀ ਮੈਂ ਸੁਣਿਆ ਵੀ ਲੀਕਰ ਬਾਰੇ ਪਤਾ ਕਿ ਹਾਂਜੀ ਜਿਹੜਾ ਬਿਜ਼ਨਸ ਹੋਰ ਬਥੇਰੇ ਆ, ਵੀ ਮੈਂ ਨਹੀਂ ਇਸ ਹੱਕ ਦੇ ਵਿੱਚ, ਵੀ ਜਦੋਂ ਪੀਂਦੇ ਨਹੀਂ ਘਰੇ ਬੱਚੇ ਜਵਾਨ ਆ, ਹਾਂਜੀ, ਤੇ ਵੀ ਉਹ ਦੁੱਧ ਵੇਚ ਲੈਣ ਜਾਂ ਹੋਰ ਕੋਈ ਚੀਜ਼ ਵੇਚ ਲੈਣ, ਤੇ ਵੀ ਲੀਕਰ ਦਾ ਨਾ ਮਤਲਬ ਬਿਲਕੁਲ ਇਹ ਮੈਂ ਸਾਡੇ ਐਕਸਪੀਰੀਅੰਸ ਹੈ ਕਿਸੇ ਦਾ ਵੀ 35 ਸਾਲ ਹੋਏ ਭਾਈ ਆਪਣੀ ਸੀ ਮੁੰਡੇ ਨੇ ਲਾਇਆ, ਠੀਕ ਹੈ, ਕੁਆਰੇ ਨੇ ਨਾ ਵਿਆਹ ਨੇ, ਵੀ ਮੈਂ ਚੱਕਣਾ ਨੀ ਗਾ, ਹੁਣ ਬਸ ਉਹ ਰੈਸਟੋਰੈਂਟ ਖੋਲ ਲਿਆ, ਵਿੱਚ ਲੀਕਰ ਖੋਲ ਲਿਆ, ਦੋਸਤ ਆਉਣ ਲੱਗ ਗਏ, ਉਹ ਦੋਸਤਾਂ ਨੂੰ ਪਿਆਉਣ ਲੱਗ ਗਿਆ, ਅਗਲੇ ਨੇ ਮਤਲਬ ਮਲੀ ਉਹਨੂੰ ਵੀ ਲਾਤਾ ਵੀ ਜਦੋਂ ਤੂੰ ਪੂਰੀ ਪੀਂਦਾ ਅਸੀਂ ਨੀ ਪੀਂਦੇ, ਜਿਹੜੇ ਦੋਸਤ ਨਾਲ ਹੋਣ ਲੱਗਣਾ ਪੈ ਗਿਆ, ਅੱਜ ਉਹਦੀ ਜ਼ਿੰਦਗੀ ਖਰਾਬ ਹੋਈ ਵੀ ਹੈ। ਠੀਕ ਹੈ ਠੀਕ ਹੈ, ਬਹੁਤ ਵਧੀਆ। ਮੈਂ ਕਹਿੰਦੀ ਵੀ ਮਤਲਬ ਲੀਕਰ ਕਿਸੇ ਦੇ ਬੱਚਿਆਂ ਨੂੰ ਨਾ ਆਪਾਂ ਨਸ਼ਾ ਕਹਿੰਦੇ ਬੰਦ ਕਰੋ, ਨਸ਼ਾ ਖਵਾ ਕੇ ਪਿਆ ਕੇ, ਕਿਉਂਕਿ ਬੱਚਾ ਬਿਮਾਰ ਹੋ ਜੇ, ਜ਼ਿਆਦਾ ਪੀ ਲੇ, ਗੱਡੀ ਐਕਸੀਡੈਂਟ ਕਰ ਲੇ, ਤੇ ਇਹ ਸ਼ਰਾਬ ਵੇਚਣ ਵਿੱਚ ਮੈਂ ਨੀ, ਆਪਣੇ ਗੁਰੂਆਂ ਨੇ ਕਿਹਾ ਵੀ ਇਹ ਨਹੀਂ ਠੀਕ। ਇੰਡੀਆ ਚ ਵੀ ਕਹਿੰਦੇ ਸਰਕਾਰ ਕਿਉਂ ਠੇਕੇ ਲਾਈ ਬੈਠੀ, ਇੱਥੇ ਖੁਦ ਅਮਰੀਕਾ ਜਾ ਕੇ ਵੀ ਆਪਾਂ ਇਹ ਕੰਮ ਕਰਨ ਲੱਗ ਜਾਈਏ, ਠੀਕ ਨਹੀਂ। ਠੀਕ ਹੈ, ਬਹੁਤ ਵਧੀਆ ਨਸੀਬ ਜੀ, ਥੈਂਕ ਯੂ ਸੋ ਮਚ। ਹੋਰ ਦੇਖਦੇ ਹਾਂ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਹੈਲੋ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਮੈਨੂੰ ਆਵਾਜ਼ ਨਹੀਂ ਆ ਰਹੀ। ਮੈਂ ਇੱਕ ਛੋਟੀ ਜਿਹੀ ਬ੍ਰੇਕ ਤੇ ਜਾਂਦੀ ਹਾਂ, ਕਿਤੇ ਨਾ ਜਾਇਓ, ਕਾਲ ਜ਼ਰੂਰ ਕਰੋ। ਸਾਰੇ ਦਾ ਫਿਰ ਸਵਾਗਤ ਹੈ। ਸਮਾਂ ਥੋੜ੍ਹਾ ਰਹਿ ਗਿਆ, ਸੋ ਬਰੀਫਲੀ ਆਪਣੀ ਗੱਲ ਛੇ ਛੇਤੀ ਕਹੋ। ਇੱਕ ਜਿਹੜਾ ਮੈਸੇਜ ਆ ਗਿਆ ਦੀਪ ਜੀ ਦਾ, ਕਹਿ ਰਹੇ, ਹੈਲੋ ਮੈਮ, ਆਈ ਐਮ ਨੋਟ ਇਨ ਫੇਵਰ ਆਫ ਦਿਸ ਬਿਜ਼ਨਸ, ਆਈ ਅੰਡਰਸਟੈਂਡ ਦੈਟ ਵਨ ਕੁਡ ਬੀ ਡਿਟਰਮਿੰਡ ਨੋਟ ਟੂ ਡਰਿੰਕ ਲਿਕਰ, ਪਰ ਕੋਈ ਤਾਂ ਪੀਏਗਾ, ਆਪ ਨਹੀਂ ਵੀ ਪੀਓਗੇ, ਕੋਈ ਤਾਂ ਪੀ ਰਿਹਾ, ਸੋ ਲੈਟ ਸੀ। ਥੈਂਕ ਯੂ ਸੋ ਮਚ ਦੀਪ ਜੀ। ਕਿ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਦੱਸੋ ਕੀ ਕਹਿੰਦੇ ਹੋ, ਕੌਣ ਬੋਲ ਰਹੇ ਹੋ? ਹਾਂਜੀ ਮੈਂ ਮਨਪ੍ਰੀਤ ਬੋਲ ਰਹੀ ਹਾਂ, ਮੈਨੂੰ ਨਾ ਗੇਲ ਐਂਟੀ ਦਾ ਨੰਬਰ ਦੋਗੇ ਤੁਸੀਂ? ਮੈਂ ਇਸ ਤਰ੍ਹਾਂ ਤੇ ਨਹੀਂ ਦੇ ਸਕਦੀ, ਤੁਸੀਂ ਯੂ نو ਲੇਟਰ ਫੋਨ ਕਰਿਓ ਤੇ ਮੈਂ ਤੁਹਾਨੂੰ ਦੇ ਦਾਂਗੀ ਇਹੀ ਨੰਬਰ ਤੇ। ਹਾਂਜੀ ਸਟੂਡੀਓ ਦੇ ਨੰਬਰ ਤੇ, ਤੁਸੀਂ ਅੱਜ ਦੇ ਬਾਰੇ ਕੁਝ ਕਹਿਣਾ, ਸਮਾਂ ਬੜਾ ਘੱਟ ਰਹਿ ਗਿਆ। ਨਹੀਂ ਜੀ ਤੁਸੀਂ ਕਾਲ ਲੈ ਜਾਓ। ਥੈਂਕ ਯੂ, ਓਕੇ, ਥੈਂਕ ਯੂ ਵੈਰੀ ਮਚ। ਹੈਲੋ, ਹੈਲੋ, ਹਾਂਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ, ਦੱਸੋ ਕੀ ਕਹਿੰਦੇ ਹੋ? ਮੈਂ ਕਹਿਣਾ ਚਾਹੁੰਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਉਪਦੇਸ਼ ਦਿੱਤਾ ਕਿ ਭਾਈ ਲਾਲੋ ਦੇ ਪ੍ਰਸ਼ਾਦੇ ਅਸੀਂ ਛਕਣੇ ਤੇ ਮਲਕ ਭਾਗੋ ਦੇ ਨਹੀਂ ਛਕਣੇ, ਉਹ ਗੱਲ ਇਹ ਸੀ ਕਿ ਉਹਦੇ ਵਿੱਚ ਧਰਮ ਦੀ ਕਿਰਤ ਦੀ ਇੰਪੋਰਟੈਂਸ ਦਿੱਤੀ ਗਈ। ਹੁਣ ਅੱਜ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਸ਼ਰਾਬ ਨਹੀਂ ਪੀਂਦੇ, ਅੰਮ੍ਰਿਤਧਾਰੀ ਵੀ ਪੀਂਦੇ ਨੇ। ਚਲੋ ਉਹਨੂੰ ਛੱਡੋ, ਤੁਸੀਂ ਕਿਰਤ ਵਿੱਚ ਤੁਸੀਂ ਕਿਹਨੂੰ ਮੰਨਦੇ ਹੋ ਵੀ ਕਿਰਤ 'ਚ ਸ਼ਰਾਬ ਵੇਚਣੀ ਆਪ ਨਾ ਪੀ ਕੇ ਅਲਾਊਡ ਹੈ, ਠੀਕ ਹੈ ਕਿ ਨਹੀਂ ਹੈ? ਗਲਤ ਗੱਲ ਹੈ। ਓਕੇ ਠੀਕ ਹੈ, ਸੋ ਉਹ
ਉਹ ਕਿਰਤ ਦਾ ਬਹਾਨਾ ਮਾਰ ਕੇ ਸਾਨੂੰ ਉਹ ਨਹੀਂ ਐਕਸਕਿਊਜ਼ ਨਹੀਂ ਮਿਲੇਗਾ, ਜਿਵੇਂ ਕਹਿ ਰਹੇ ਨਾ ਹਸਬੈਂਡ ਕਿ ਕਿਰਤ ਹੈ ਤੇ ਉਹ ਪ੍ਰਵਾਨ ਹੈ। ਨਹੀਂ, ਉਹ ਤਾਂ ਜਿਸ ਸਿਧਾਂਤ ਤੇ ਤੁਸੀਂ ਚੱਲਦੇ, ਜਿਸ ਚੀਜ਼ ਨੂੰ ਮੰਨਦੇ ਹੋ, ਤਾਂ ਉਸ ਸਿਧਾਂਤ ਨੂੰ ਮੰਨਣਾ ਪਏਗਾ। ਸਿਧਾਂਤ ਦਾ ਜਿਹੜਾ ਕਿ ਉਹ ਚੀਜ਼ ਜਿਸ ਚੀਜ਼ ਨੂੰ ਲਾਓ ਨਹੀਂ ਕਰਦਾ। ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ। ਹੋਰ ਕਾਲ ਲੈਂਦੇ ਆ, ਇਹਨਾਂ ਨੂੰ ਪੁੱਛਦੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਪਲੀਜ਼ ਤੁਸੀਂ ਦੁਬਾਰਾ ਕਾਲ ਕਰੋ, ਬਿਕੋਜ਼ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਵੇਟ ਕਰ ਸਕਾਂ ਤੁਹਾਡੀ ਕਾਲ ਦੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਗਿਆਨ ਸਿੰਘ ਜੀ, ਦੱਸੋ। ਹਾਂਜੀ, ਮੈਂ ਦੁਬਾਰਾ ਇਸ ਕਰਕੇ ਆਇਆ ਜੀ, ਵੀ ਇਹ ਪ੍ਰੋਬਲਮ ਕੀ ਹੋਈ, ਕੋਈ ਮੀਆਂ ਬੀਬੀ ਦੀ ਆਪਸ ਵਿੱਚ ਹੀ ਪ੍ਰੋਬਲਮ ਹੈ, ਜਿਹੜੀ ਸੋਲਵ ਨਹੀਂ ਹੋ ਰਹੀ, ਕੀ ਮੈਨੂੰ ਸਵਾਲ ਤੇ ਮੈਂ ਤੁਹਾਨੂੰ ਦੱਸਿਆ ਗਿਆਨ ਸਿੰਘ ਜੀ ਕਿ ਜਨਾਨੀ ਕਹਿ ਰਹੀ ਹੈ ਕਿ ਨਾ ਖੋਲੋ, ਲਾਇਸੈਂਸ ਨਾ ਲਓ ਲਿਕਰ ਦਾ, ਤੇ ਆਦਮੀ ਕਹਿੰਦਾ ਲੇਕਿਨ ਲੈ ਲੈਣਾ ਚਾਹੀਦਾ। ਉਹ ਪੁੱਛ ਰਹੇ ਨੇ ਕਿ ਕਿਹੜੀ ਚੀਜ਼ ਸੀ, ਆਪ ਨਹੀਂ ਪੀਂਦੇ। ਹਾਂ, ਮੈਂ ਸਮਝ ਗਿਆ ਸਮਝ ਗਿਆ। ਹਾਂਜੀ, ਹੁਣ ਇਹ ਕਿਉਂ ਨਹੀਂ ਆਪੋ ਵਿੱਚ ਹੀ ਡਿਸਾਈਡ ਕਰ ਰਹੇ ਨੇ ਵੀ ਭਾਈ ਜੀ ਆਪਣੇ ਕੋਲ ਗੁਜ਼ਾਰੇ ਜੋਗੀ ਇਨਕਮ ਹੈਗੀ, ਆਪਾਂ ਨਾ ਹੀ ਕਰੀਏ, ਆਦਮੀ ਮੰਨ ਜਾਵੇ, ਤੇ ਜੇ ਉਹ ਜ਼ਰੂਰ ਸਮਝਦੇ ਆ ਵੀ ਸਾਨੂੰ ਪੈਸੇ ਹੋਰ ਆ ਜਾਣ, ਕੋਈ ਡਰ ਵੀ ਨਹੀਂਗਾ, ਠੀਕ ਹੈ, ਜਨਾਨੀ ਨੂੰ ਮੰਨ ਜਾਣਾ ਚਾਹੀਦਾ। ਆਪੋ ਵਿੱਚ ਹੀ ਕਿਉਂ ਨਹੀਂ ਡਿਸਾਈਡ ਕਰ ਲੈਂਦੇ ਜੇ ਦੂਜਿਆਂ ਸਲਾਹ ਮੰਗਦੇ ਪਏ ਆ? ਬਟ ਗਲਤ ਨਹੀਂ, ਡਿਸਕਸ਼ਨ ਦਾ ਪੁਆਇੰਟ ਬੜਾ ਵਧੀਆ ਉਹ ਲੈ ਕੇ ਆਏ ਨੇ। ਮੈਨੂੰ ਤੇ ਲੱਗਦਾ ਇਹਦੇ ਚ ਸਾਰੇ ਸਵਾਲ ਕਰਦੇ ਨੇ, ਤੁਹਾਡਾ ਕੀ ਪੁਆਇੰਟ, ਬੜੀ ਦੋਨੋਂ ਇਕੱਠੇ ਬਹਿ ਕੇ ਦੇਖ ਰਹੇ ਨੇ, ਕੋਈ ਆਪਸ ਲੜ ਤੇ ਨਹੀਂ ਰਹੇ। ਉਹ ਸਿਰਫ ਇਹ ਕਹਿ ਰਹੇ ਕਿ ਮੇਰਾ ਪੁਆਇੰਟ ਆਫ ਵਿਊ ਹੋਇਆ, ਬਾਕੀ ਸਾਰੀ ਦੁਨੀਆ ਕੀ ਕਹਿੰਦਾ, ਅਸੀਂ ਦੇਖ ਹੀ ਲਿਆ ਕਿ ਅੱਜ ਇੰਨੇ ਕਾਲਰਸ ਆ ਤੇ ਅੱਧੇ ਇੱਧਰ ਕਹਿੰਦੇ ਆ ਤੇ ਅੱਧਰ ਦੂਜੇ ਕਹਿੰਦੇ ਆ। ਨਹੀਂ ਨਹੀਂ ਨਹੀਂ, ਜੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਜੀ ਵੀ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਕੋਈ ਮਾੜਾ ਨਹੀਂ, ਜੇ ਬਿਜ਼ਨਸ ਵੱਧਦਾ ਆ ਪੈਸਾ ਆ ਜਾਣਾ ਜ਼ਿਆਦਾ ਮਾੜੀ ਗੱਲ ਨਹੀਂ, ਪੈਸੇ ਨੂੰ ਗਲਤ ਵਰਤੋਂ ਕਰਨੀ ਮਾੜੀ ਗੱਲ ਹੁੰਦੀ ਹੈ। ਪਰ ਦੂਜੇ ਪਾਸੇ ਦਾ ਅਗਰ ਡਿਬੇਟ ਹੈਗਾ ਤੇ ਗਿਆਨ ਸਿੰਘ ਜੀ ਇਹ ਕਹੋ ਕਿ ਆਪ ਅਗਰ ਅਸੀਂ ਨਹੀਂ ਪੀ ਰਹੇ, ਇਹਦਾ ਮਤਲਬ ਅਸੀਂ ਉਹਨੂੰ ਗਲਤ ਸਮਝ ਰਹੇ ਹਾਂ। ਪਰ ਜਿਹੜਾ ਸਾਡਾ ਵਿਵਸਾਇ ਹੈ, ਅਸੀਂ ਹਮੇਸ਼ਾ ਅਰਦਾਸ ਕਰਾਂਗੇ ਕਿ ਤਰੱਕੀਆਂ ਬਖਸ਼ੇ ਵਾਹਿਗੁਰੂ, ਜਾਂ ਯੂ ਨੋ ਅਸੀਂ ਹਮੇਸ਼ਾ ਪ੍ਰਮੋਟ ਕਰਨਾ। ਤੁਸੀਂ ਕਹਿੰਦੇ ਪ੍ਰਮੋਟ ਨਹੀਂ, ਪ੍ਰਮੋਟ ਤਾਂ ਕਰਾਂਗੇ, ਤੇ ਇਹਦਾ ਮਤਲਬ ਅਸੀਂ ਸੋਚ ਰਹੇ ਹਾਂ ਕਿ ਹੋਰ ਬੰਦੇ ਸਾਡੇ ਦੁਕਾਨ 'ਚ ਆਉਣ ਜਿਹੜੇ ਕਿ ਲਿਕਰ ਲੈਣ। ਆਪ ਨਹੀਂ ਪੀ ਰਹੇ, ਆਪ ਉਹਨੂੰ ਗਲਤ ਸਮਝ ਰਹੇ ਹਾਂ, ਤੇ ਅਸੀਂ ਦੂਜਿਆਂ ਨੂੰ ਭੁਲਾ ਕਿਉਂ ਰਹੇ ਹਾਂ? ਨਹੀਂ, ਇਹ ਤਾਂ ਸੋਚ ਆਪਣੀ ਆਪਣੀ ਨਾ, ਜੇ ਜੇ ਗਲਤ ਇਹਨੂੰ ਅਸੀਂ ਸਮਝਦੇ, ਅਸੀਂ ਨਹੀਂ ਪੀਂਦੇ, ਅਗਲਾ ਨਹੀਂ ਸਮਝਦਾ, ਦਿਮਾਗ ਆਪਾਂ ਬਿਜ਼ਨਸ ਪੁਆਇੰਟ ਵਿਊ ਨਾਲ ਗੱਲ ਕਰਨੀ ਆ ਵੀ ਅਸੀਂ ਨਹੀਂ ਪੀਣੀ, ਅਸੀਂ ਨਾ ਪੀਣ ਦੀ ਸਲਾਹ ਦੇਣੀ ਆ। ਜੇ ਅਗਲਾ ਨਹੀਂ ਪੀਣ ਤੋਂ ਰਹਿੰਦਾ ਤੇ ਪੀਵੇ, ਆਪਾਂ ਕਿਹਨੂੰ ਕਿਹਨੂੰ ਹਟਾ ਸਕਦੇ, ਤਾਂ ਹਟਾ ਨਹੀਂ ਸਕਦੇ, ਠੀਕ ਹੈ, ਵੱਖਰੀ ਉਹ ਇਸ ਕੰਮ ਨੂੰ ਹਟਾਉਣਾ ਵੱਖਰੀ ਗੱਲ ਹੈ, ਬਿਜ਼ਨਸ ਕਰਨਾ ਵੱਖਰੀ ਗੱਲ ਹੈ। ਬਹੁਤ ਵਧੀਆ, ਥੈਂਕ ਯੂ ਸੋ ਮਚ ਗਿਆਨ ਸਿੰਘ ਜੀ। ਦੇ ਸਾਹਿਬ ਨਾਲ ਕਿਰਤ ਜਿਹੜੀ ਹੈ ਉਹ ਵੱਖਰੀ ਹੈ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਹੈਲੋ, ਅਰਵਿੰਦ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਮੈਂ ਬਲਬੀਰ ਬੋਲਦੀ ਹਾਂ। ਹਾਂਜੀ, ਦੱਸੋ ਬਲਬੀਰ ਜੀ, ਦੱਸੋ ਕੀ ਕਹਿੰਦੇ ਹੋ? ਜੀ, ਮੈਂ ਇਹ ਕਹਿੰਦੇ ਆ ਵੀ ਮੈਡਮ ਸ਼ਾਇਦ ਇਸ ਗੱਲੋਂ ਉਹ ਡਰਦੇ ਹੋਣਗੇ, ਹਾਂ, ਬਈ ਬੱਚੇ ਨਾ ਸਾਡੇ ਲੱਗ ਜਾਂਦੇ। ਚਲੋ, ਇੱਕ ਡਰ ਤੇ ਉਹ ਪਹਿਲੇ ਹੀ ਉਹਨਾਂ ਨੇ ਕਿਹਾ ਵੀ ਇਹ ਹੈਗਾ, ਪਰ ਫਿਰ ਵੀ ਉਹਨਾਂ ਨੂੰ ਮੋਰਲੀ ਵੀ ਨਹੀਂ ਸਹੀ ਲੱਗਦਾ ਪਿਆ। ਦੂਸਰੀ ਗੱਲ ਇਹ ਆ ਵੀ ਜਿਵੇਂ ਕਹਿੰਦੇ ਹੁੰਦੇ ਇੱਕ ਗਾਣਾ ਵੀ ਆ ਬਈ ਦੁਨੀਆ ਵਾਲੋ ਮੁਝੇ ਸ਼ਰਾਬੀ ਨਾ ਸਮਝੋ, ਮੈਂ ਪੀਤਾ ਨਹੀਂ ਪਿਲਾਈ ਗਈ ਹੈ। ਹਾਂ, ਤੇ ਦੂਸਰੀ ਗੱਲ ਇਹ ਆ ਵੀ ਜਿਵੇਂ ਇੱਕ ਮਤਲਬ ਕਿ ਕਿਸੇ ਦਾ ਬੱਚਾ ਸ਼ਰਾਬ ਪੀਂਦਾ ਸੀਗਾ, ਹਾਂ, ਤੇ ਉਹਨਾਂ ਨੇ ਉਹ ਆਪਦੇ ਰੋਜ਼ ਉਹਦਾ ਡੈਡੀ ਕਿਹਾ ਤੇਰੇ ਪੁੱਤੇ ਚੰਗੀ ਚੀਜ਼ ਨਹੀਂ, ਤੂੰ ਇਹਨੂੰ ਹਟ ਜਾ ਨਾ ਪੀ। ਉਹ ਕਹਿੰਦਾ ਜਿੱਦਾਂ ਪਾਪਾ ਤੂੰ ਇੱਕ ਵਾਰੀ ਮੇਰੇ ਨਾਲ ਇੱਕ ਪੈਗ ਲਾ ਲਿਆ ਨਾ ਤੇ ਉਧਰ ਹੀ ਮੈਂ ਪੀਣੋ ਹਟ ਜੂੰਗਾ ਕਹਿੰਦਾ। ਅੱਛਾ, ਤੇ ਉਹਨੇ ਇੱਕ ਪੈਗ ਪਾ ਕੇ ਨਾ ਆਪਦੇ ਡੈਡੀ ਨੂੰ ਦਿੱਤਾ ਤੇ ਉਹ ਪੀ ਕੇ ਕਹਿੰਦਾ ਇਹ ਤਾਂ ਬੜੀ ਵਧੀਆ ਚੀਜ਼ ਆ, ਮੈਂ ਤਾਂ ਐਵੇਂ ਤੈਨੂੰ ਰੋਕੀ ਆ, ਕਹਿੰਦਾ ਬਹੁਤ ਵਧੀਆ। ਉਹ ਇਸ ਗੱਲੋਂ ਹੀ ਮੈਡਮ ਡਰਦੇ ਹੋਣਗੇ ਬਈ ਜੇ ਸਾਡੇ ਬੱਚੇ ਪੀਣ ਲੱਗ ਗਏ, ਜੇ ਘਰੇ ਪਈ ਹੋ, ਜੇ ਪੈਸੇ ਤਾਂ ਮੰਗਣਗੇ ਨਾ ਅਕਸਰ ਇਹਨਾਂ ਤੋਂ, ਪੀਣ ਨੂੰ ਜੇ ਬਾਹਰੋਂ ਪੀਣਗੇ ਤਾਂ। ਠੀਕ ਹੈ ਜੀ, ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿੰਦੇ ਹੋ ਤੁਸੀਂ? ਸਵਾਗਤ ਹੈ। ਸਤਿ ਸ਼੍ਰੀ ਅਕਾਲ, ਮੈਂ ਪਹਿਲੀ ਵਾਰ ਕਾਲ ਕਰ ਰਹੀ ਹਾਂ, ਪੀਣਾ ਸੀ। ਥੈਂਕ ਯੂ ਸੋ ਮਚ ਕਾਲ ਕਰਨ ਦਾ, ਸਮਾਂ ਘੱਟ ਹੈ, ਸੋ ਦੱਸੋ ਕੀ ਕਹਿੰਦੇ ਹੋ ਅੱਜ? ਮੈਂ ਇਹ ਕਹਿ ਰਹੀ ਹਾਂ ਕਿ ਗਲਤ ਹੈ ਪੀਣਾ। ਅੱਛਾ ਜੀ, ਪੀਣਾ ਗਲਤ ਹੈ ਜਾਂ ਪੀਂਦੇ ਤੇ ਬੜੇ ਹੈ, ਅਗਰ ਸਹੀ ਤਰੀਕੇ ਨਾਲ ਗੱਲ ਕਰਨਾ, ਲਿਕਰ ਖੋਲਣਾ, ਆਪ ਨਹੀਂ ਪੀਂਦੇ ਤਾਂ ਵੀ ਉਹਨੂੰ ਅਲੱਗ ਰੱਖ ਸਕਣਗੇ? ਜੇ ਖੁਦ ਨਹੀਂ ਪੀਂਦੇ ਨਾ, ਹਾਂਜੀ, ਉਹ ਇਸ ਚੀਜ਼ ਤੇ ਸੋਚਣ ਨਹੀਂ ਨਾ, ਕੋਈ ਹੋਰ ਬਿਜ਼ਨਸ ਥੋੜੇ ਨੇ ਹੋਰ ਕਰ ਲੈਣ। ਠੀਕ ਹੈ, ਠੀਕ ਹੈ, ਸੋ ਬੇਸਿਕ ਤੁਹਾਡਾ ਕੰਸਰਨ ਕੀ ਹੈ? ਕੰਸਰਨ ਇਹ ਆ ਕਿ ਇਹ ਗਾਂ ਜਿਹੜੀ ਅਗਲੀ ਪੀੜ੍ਹੀ ਆ ਰਹੀ ਆ ਉਸ ਦੀ ਡਾਂਡੀ ਲੱਥਣ ਰਹੀ ਆ।
ਤੁਸੀਂ ਸਿੱਧੇ ਰਸਤੇ ਚੱਲ ਰਹੇ ਜੋ ਤੋ ਅਗਲੀ ਪੀੜ੍ਹੀ ਨੂੰ ਆਪਣੇ ਰਸਤੇ ਤੇ ਚਲਾਓ ਰਾਈਟ ਬਲਕਿ ਇਹ ਚੀਜ਼ ਐਬ ਹੈ ਜਿਹੜਾ ਐਬ ਹੈ ਉਹ ਐਬ ਹੀ ਜੀ 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 ਬਹੁਤ ਵਧੀਆ ਥੈਂਕ ਯੂ ਸੋ ਮਚ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਹੋਰ ਕਾਲਸ ਲੈ ਸਕਾਂ ਬਟ ਓਈ ਜਿਸ ਤਰ੍ਹਾਂ ਗਿਆਨ ਸਿੰਘ ਜੀ ਨੇ ਕਿਹਾ ਵੀ ਆਪਾਂ ਕਿਉਂ ਨਹੀਂ ਡਿਸਾਈਡ ਕਰ ਲੈਂਦੇ ਉਹ ਡਿਸਾਈਡ ਖਾਲੀ ਦੀ ਗੱਲ ਨਹੀਂ ਹੈ ਇੱਕ ਡਿਫਰੈਂਸ ਓਪੀਨੀਅਨ ਔਰ ਮੈਂ ਤਾਰੀਫ ਕਰਦੀ ਹਾਂ ਇਸ ਕਪਲ ਦੀ ਕਿ ਇੱਕ ਦੂਜੇ ਦੀ ਡਿਫਰੈਂਸ ਆਫ ਓਪੀਨੀਅਨ ਨੂੰ ਓਨਰ ਤਾਂ ਕਰ ਰਹੇ ਹੈ ਨਹੀਂ ਤਾਂ ਬੰਦਾ ਕਿ ਤੈਨੂੰ ਕੀ ਪਤਾ ਬਿਜ਼ਨਸ ਦੇ ਬਾਰੇ ਮੈਂ ਤਾਂ ਖੋਲ ਰਿਹਾ ਮੈਂ ਨਹੀਂ ਸੁਣਦਾ ਤੇਰੀ ਪਰ ਉਹ ਵੀ ਸਾਡੇ ਤੱਕ ਸਵਾਲ ਲੈ ਕੇ ਆਈ ਹੈ ਵੀ ਕਿਤੇ ਮੈਂ ਹੀ ਤਾਂ ਨਹੀਂ ਅੜੀ ਹੋਈ ਇਹ ਤਾਂ ਚਾਹੁੰਦੇ ਹੈ ਤਾਂ ਦੂਜੇ ਤੀਜੀ ਵਾਰੀ ਬੋਲ ਰਹੇ ਹੈ ਕਿ ਇਹ ਕਰਨਾ ਹੈ ਤਾਂ ਕੀ ਕਰਨਾ ਚਾਹੀਦਾ ਜਦ ਅਸੀਂ ਨਹੀਂ ਪੀਂਦੇ ਅਸੀਂ ਇਸ ਚੀਜ਼ 'ਚ ਨਹੀਂ ਹੈਗੇ ਬੱਚੇ ਜਵਾਨ ਹੋ ਰਹੇ ਨੇ ਇਹਨਾਂ ਦੀ ਜਿਹੜੀ ਲਾਸਟ ਕਾਲਰ ਹੈ ਇਹਨਾਂ ਦਾ ਵੀ ਸਹੀ ਹੈ ਕਿ ਹੁਣ ਤੁਸੀਂ ਸਹੀ ਰਹੇ ਹੋ ਅਤੇ ਅਗਲੀ ਪੀੜ੍ਹੀ ਨੂੰ ਮਾਹੌਲ ਦੇਣ ਦੀ ਕੀ ਲੋੜ ਹੈ ਐਂਡ ਯੂ ਨੋ ਇਹ ਮੰਚ ਇਹਦੇ ਪਿੱਛੇ ਹੀ ਹੈ ਕਿ ਸਾਰਿਆਂ ਦੇ ਓਪੀਨੀਅਨਸ ਰਾਈਟ ਰੋਂਗ ਕੁਛ ਨਹੀਂ ਹੈ ਦੁਨੀਆਂ 'ਚ ਵਿਚਰ ਰਹੇ ਹਾਂ ਇਗਜ਼ਾਮਪਲਸ ਹੈ ਸਭ ਦੇ ਲਿਕਰ ਸਟੋਰ 'ਤੇ ਨਹੀਂ ਹੈ ਕਿ ਸਾਡਾ ਆਪਣਾ ਐਕਸਪੀਰੀਅੰਸ ਹੋਏ ਪਰ ਦਿਖਦਾ ਕਿ ਹਾਂਜੀ ਫਲਾਣੇ ਵੀ ਕਰ ਰਹੇ ਹਾਂ ਫਲਾਣੇ ਵੀ ਕਰ ਰਹੇ ਹਾਂ ਆਪ ਨਹੀਂ ਪੀਂਦੇ ਫਿਰ ਵੀ ਹੈਗਾ ਔਰ ਸਹੀ ਜਾ ਰਹੇ ਪਰ ਇੱਕ ਓਪੀਨੀਅਨ ਜ਼ਰੂਰ ਹੈਗਾ ਜਿਵੇਂ ਆਂਟੀ ਜੀ ਨੇ ਕਿਹਾ ਕਿ ਬੜੇ ਸਾਰੇ ਪੀਂਦੇ ਇੱਕ ਬੰਦੇ ਨੇ ਨਹੀਂ ਪੀਤੀ ਉਹਨੂੰ ਉਲਟੀ ਆ ਗਈ ਉਹ ਇੱਕ ਬੰਦਾ ਹੋਏਗਾ ਪਰ ਸਾਡਾ ਸਾਰਾ ਸਮਾਜ ਦੱਸ ਰਿਹਾ ਕਿ ਜਿਸ ਤਰ੍ਹਾਂ ਲਿਕਰ ਸਟੋਰਸ ਵਧੇ ਹੈ ਪੀਣ ਵਾਲੇ ਵੀ ਵਧੇ ਹੈ ਸੋ ਅਸੀਂ ਉਹਦੇ ਵਿੱਚ ਵਾਧਾ ਮੇਰਾ 2% ਮੇਰਾ ਆਪਣਾ ਪਰਸਨਲ ਓਪੀਨੀਅਨ ਇਹੀ ਹੈ ਕਿ ਨਹੀਂ ਜਿਹੜੀ ਚੀਜ਼ ਮੇਰੇ ਵਾਸਤੇ ਗਲਤ ਹੈ ਉਹ ਬਾਕੀਆਂ ਵਾਸਤੇ ਠੀਕ ਕਿਵੇਂ ਹੋ ਸਕਦੀ ਹੈ ਪੀਣਾ ਉਹ ਤੁਸੀਂ ਕਹੋਗੇ ਹਾਂ ਕਿਤੇ ਹੋਰ ਜਾ ਕੇ ਪੀਣ ਫਿਰ ਮੈਂ ਉਹਦੇ 'ਚ ਕੰਟਰੀਬਿਊਸ਼ਨ ਕਿਉਂ ਦਾਂ ਕਹਿੰਦੇ ਜੀ ਸਾਰੇ ਚੋਰੀ ਕਰ ਰਹੇ ਨੇ ਮੈਂ ਨਹੀਂ ਕਰਨੀ ਤਾਂ ਨਹੀਂ ਕਰਨੀ ਮੈਂ ਕਿਉਂ ਸੋਚਾਂ ਕਿ ਸਾਰੀ ਖੁੱਲ੍ਹੀ ਪਈ ਹੈ ਚੀਜ਼ ਯਾਰ ਸਾਰੇ ਹੀ ਤਾਂ ਲੈ ਰਹੇ ਹੈ ਮੈਂ ਵੀ ਲੈ ਲਾਂ ਫਿਰ ਮੇਰੇ 'ਚ ਤਾਂ ਕਿਸੇ ਹੋਰ 'ਚ ਫਰਕ ਕੀ ਹੋਇਆ ਸੋ ਮੈਨੂੰ ਉਹ ਲੌਜਿਕ ਨਹੀਂ ਸਮਝ ਆਉਂਦਾ ਕਿ ਸਾਰੇ ਤਾਂ ਕਰ ਹੀ ਰਹੇ ਹੈ ਜਾਂ ਕੋਈ ਹੋਰ ਤਾਂ ਕਰ ਰਿਹਾ ਨਾਲੇ ਪੈਸਾ ਵਾਕਈ ਪੈਸਾ ਚੰਗਾ ਉਹ ਕਹਿੰਦੇ ਵਧੀਆ ਚੱਲ ਰਿਹਾ ਜੇ ਪੈਸੇ ਪਿੱਛੇ ਕੋਈ ਹੋਰ ਵੀ ਚੀਜ਼ ਕਰ ਸਕਦੇ ਹਾਂ ਕਿਸੇ ਹੋਰ ਨੂੰ ਵੀ ਕਿਰਾਏ 'ਤੇ ਦੇ ਸਕਦੇ ਹਾਂ ਪੈਸੇ ਕਮਾਉਣ ਦੇ ਹੋਰ ਬੜੇ ਤਰੀਕੇ ਹੋ ਸਕਦੇ ਆ ਜਿਨ੍ਹਾਂ ਦੇ ਲਿਕਰ ਸਟੋਰ ਨਹੀਂ ਕੀ ਉਹ ਵਧੀਆ ਪੈਸੇ ਨਹੀਂ ਕਮਾ ਰਹੇ ਸੋ ਮੇਰੇ ਹਿਸਾਬ ਨਾਲ ਇਹੀ ਹੈ ਕਿ ਜਿਹੜੀ ਚੀਜ਼ ਮੇਰੇ ਵਾਸਤੇ ਚੰਗੀ ਨਹੀਂ ਜਿਹੜੇ ਮੇਰੇ ਬੱਚੇ ਵਾਸਤੇ ਚੰਗੀ ਨਹੀਂ ਮੈਨੂੰ ਯਾਦ ਆ ਰਿਹਾ ਕਿ ਪਿਛਲੀ ਵਾਰੀ ਜਦੋਂ ਬਹੁਤ ਸਾਲ ਹੋ ਗਏ ਇੱਕ ਇਸ ਤਰ੍ਹਾਂ ਦਾ ਕੌਨਫਲਿਕਟ ਫਿਰ ਪਹਿਲੇ ਵੀ ਆਇਆ ਸੀ ਘਰੋਂ ਹੀ ਅਤੇ ਇੱਕ ਲੇਡੀ ਨੇ ਸ਼ੋਅ ਦੇ ਉੱਤੇ ਬੋਲਿਆ ਸੀ ਕਿ ਸਾਡੇ ਲਿਕਰ ਸਟੋਰ ਹੈ ਪਰ ਬਹੁਤ ਸ਼ੁਕਰ ਹੈ ਜੀ ਵਾਹਿਗੁਰੂ ਦਾ ਕਿ ਮੇਰੇ ਬੱਚੇ ਨਹੀਂ ਪੀਂਦੇ ਸੋ ਮੇਰੇ ਦਿਮਾਗ 'ਚ ਇਹ ਆਉਂਦਾ ਕਿ ਮੈਂ ਸ਼ੁਕਰ ਕਰਦੀ ਹਾਂ ਮੇਰਾ ਬੱਚਾ ਨਹੀਂ ਪੀਂਦਾ ਅਤੇ ਮੈਂ ਉਹ ਕਿਉਂ ਖੁਸ਼ ਹੋਵਾਂ ਕਿ ਮੇਰੇ ਪੜੋਸੀਆਂ ਦਾ ਪੀਂਦਾ ਕਿਉਂਕਿ ਮੈਨੂੰ ਤਾਂ ਖੁਸ਼ੀ ਹੋਏਗੀ ਅਗਰ ਬਾਕੀ ਵੀ ਦੁਨੀਆ ਪੀਂਦੀ ਹੈ ਮੇਰਾ ਤਾਂ ਵਾਅਦਾ ਹੋਏਗਾ ਜੇ ਮੈਂ ਚਾਹੁੰਦੀ ਨਹੀਂ ਕੋਈ ਹੋਰ ਪੀਂਦਾ ਹੈ ਤਾਂ ਮੇਰੀ ਲਿਕਰ ਸਟੋਰ ਦੀ ਉਹ ਜਿਹੜੀ ਸ਼ੈਲਫ ਕਹਿੰਦੇ ਨੇ ਲਾਣੀ ਹੈ ਉਹ ਤਾਂ ਖਾਲੀ ਰਹੇਗੀ ਫਿਰ ਮੇਰਾ ਮਿਹਨਤ ਦਾ ਫਾਇਦਾ ਕੀ ਹੋਇਆ ਮੈਂ ਤਾਂ ਅੰਦਰੋਂ ਚਾਹਵਾਂਗੀ ਕਿ ਦੁਨੀਆ ਆਏ ਅਤੇ ਮੇਰੀ ਯੂ ਨੋ ਲਿਕਰ ਲਵੇ ਪਰ ਉਹ ਕਿਉਂ ਜਦ ਮੈਂ ਇਹ ਨਹੀਂ ਚਾਹੁੰਦੀ ਮੇਰਾ ਬੱਚਾ ਪੀਏ ਤਾਂ ਮੈਂ ਕਿਉਂ ਚਾਹਵਾਂ ਕਿ ਕਿਸੇ ਹੋਰ ਦਾ ਬੱਚਾ ਪੀਏ ਇਹ ਮੇਰਾ ਆਪਣਾ ਓਪੀਨੀਅਨ ਹੈ ਬਿਲਕੁਲ ਜਿਵੇਂ ਸਾਰਿਆਂ ਦੇ ਪਰਸਨਲ ਓਪੀਨੀਅਨਸ ਹੈ ਯੂ ਨੋ ਕੋਈ ਰਾਈਟ ਰੋਂਗ ਨਹੀਂ ਹੈ ਸੋ ਥੈਂਕ ਯੂ ਸੋ ਮੱਚ ਕਿ ਇਸ ਡਿਸਕਸ਼ਨ ਦੇ ਵਿੱਚ ਕੰਟਰੀਬਿਊਟ ਕਿਉਂਕਿ ਡਿਸਕਸ਼ਨਸ ਦਾ ਮਤਲਬ ਹੈ ਕਿ ਸਾਡਾ ਮਨ ਓਪਨ ਹੁੰਦਾ ਦੂਜੇ ਦੇ ਪੁਆਇੰਟ ਆਫ ਵਿਊ ਨਾਲ ਵੀ ਕਿ ਦੂਜੇ ਦੀ ਸੁਣਨ ਨੂੰ ਸਾਨੂੰ ਇੱਕ ਆਦਤ ਪੈਂਦੀ ਹੈ ਵੀ ਹਾਂ ਇਹ ਵੀ ਕੋਈ ਸੋਚ ਸਕਦਾ ਸੋ ਥੈਂਕ ਯੂ ਸੋ ਮੱਚ ਕਿ ਤੁਸੀਂ ਇਸ ਡਿਸਕਸ਼ਨ 'ਚ ਸ਼ਾਮਿਲ ਹੋਏ ਐਂਡ ਹੁਣ ਜ਼ਰੂਰ ਦੱਸਾਂਗੀ ਕਿ ਹਸਬੈਂਡ ਵਾਈਫ ਨੇ ਫਾਈਨਲੀ ਕੀ ਡਿਸਾਈਡ ਕੀਤਾ ਕਿਉਂਕਿ ਇੱਥੇ ਤਾਂ ਕੋਈ ਯੂ ਨੋ ਦੋਨੋਂ ਪਾਸੇ ਦੇ ਹੀ ਵਿਊਜ਼ ਆ ਰਹੇ ਸੀ ਸੋ ਅੱਜ ਵਾਸਤੇ ਇੰਨਾ ਹੀ ਸਤਿ ਸ਼੍ਰੀ ਅਕਾਲ